ਜੇ ਲਾਸਟ ਦਿਨ ਰਿਸਕ ਲੈ ਕੇ ਦੇਖ ਲੈਂਦੇ ਹਾਂ, ਸਰਪੰਚ ਵੀ ਨਾ ਆ ਜੇ, ਦੇਖੀ ਜਾਓ ਯਾਰ ਆ ਗਿਆ ਤਾਂ ਆ ਗਿਆ, ਹੁਣ ਦੱਸਣਾ ਤਾਂ ਪੈਣਾ ਹੀ ਹੈ ਫਿਰ ਵੀ ਸਰਪੰਚ ਮਿਲਿਆ ਸੀ ਮੈਨੂੰ। ਸਕੂਲੋਂ ਛੁੱਟੀ ਵੀ ਹੋਣ ਵਾਲੀ ਹੈ, ਆਉਂਦੀ ਹੋ ਦੇਖ ਲੈ ਰੀਤਾ। ਉਹ ਖੜਾ ਹੈਗਾ ਉਹਦਾ ਚੌਂਕੀਦਾਰਾ ਬਣਾ ਰੱਖਿਆ ਉਹਨੂੰ। ਲੈ ਇਹ ਚ ਚੌਂਕੀਦਾਰ ਵਾਲੀ ਕੀ ਗੱਲ ਆ, ਅਗਲਾ ਪਿਆਰ ਕਰਦਾ ਮੈਨੂੰ, ਖੜੂਗਾ ਨੀ? ਬਸ ਬਸ ਆ ਜਾ ਚੱਲੀ। ਬਾਲੀ ਹੱਸੀ ਜਾਂਦੀ ਹੈ, ਇਹਨੂੰ ਕੀ ਹੋ ਗਿਆ? ਬਾਲੀ ਹੱਸੀ ਜਾਂਦੀ ਹੈ? ਪਤਾ ਨੀ, ਪਹਿਲਾਂ ਤਾਂ ਠੀਕ ਸੀ, ਤੈਨੂੰ ਦੇਖ ਕੇ ਹੱਸੀ ਜਾਂਦੀ ਆ। ਮੇਰੇ ਮੂੰਹ ਦੇ ਵੀ ਬ੍ਰਿੰਡਾ ਲੜੀਆਂ। ਮੈਂ ਤਾਂ ਤਾਂ ਹੱਸ ਰਿਹਾ ਵੀਰੇ ਕਿ ਸੁਬਾ ਸਾਵੇਂ ਦੀ ਤੁਸੀਂ ਹਾਜ਼ਰੀ ਭਰਦੇ ਕਿ ਚੌਂਕੀਦਾਰ ਤਾਂ ਨਹੀਂ ਰੱਖ ਲੈ ਰੀਤ ਨੇ। ਮੈਂ ਤਾਂ ਹੁਣ ਇਹਦੇ ਜੋਗੇ ਰਹਿ ਗਿਆ, ਚਾਹੇ ਚੌਂਕੀਦਾਰ ਬਣਾਵੇ ਚਾਹੇ ਕੁਛ ਹੋਰ ਬਣਾ ਕੇ ਰੱਖੇ। ਓਹੋ, ਇਹ ਤਾਂ ਐਵੇਂ ਪਕਾਈ ਮਾਰੀ ਜਾਂਦੀ ਆ, ਤੁਸੀਂ ਨਾ ਇਹਦੀ ਗੱਲ ਦਾ ਗੁੱਸਾ ਨਾ ਕਰੋ। ਮੈਂ ਤਾਂ ਜੀ ਕਿਹੜੀ ਗੱਲ ਦਾ ਗੁੱਸਾ ਕਰਨਾ, ਫਿਰ ਵੀ ਮੇਰੀ ਵੱਡੀ ਸਾਲੀ ਆ। ਹਾਏ ਦੇਖੀ, ਮੈਂ ਤਾਂ ਵੀਰਾ ਵੀਰਾ ਕਰਦੀ ਰਹਿੰਦੀ ਆ, ਆਪ ਕਹੀ ਜਾਂਦੇ ਮੇਰੀ ਸਾਲੀ ਕਿੱਧਰੋਂ ਬਣਾਈ ਇਹਨੇ, ਦੇਖ ਲਾ ਸਾਲੀ। ਹੋਰ ਕਰ ਲੱਭਦੇ ਜੀਜੇ ਨਾਲ ਮਸ਼ਕਰੀਆਂ, ਉਹ ਤਾਂ ਤੂੰ ਵੀ ਐਂ ਕਹਿੰਦੀ ਹੁੰਦੀ ਸੀ, ਰਵੀ ਤੇਰੇ ਪਿੱਛੇ ਮਰਦਾ ਤੇਰਾ ਰਾਜ ਖੜਦਾ, ਦੇਖ ਲਾ ਹੁਣ। ਮੈਂ ਤਾਂ ਮਜ਼ਾਕ ਕਰਿਆ ਕਰਦੀ ਸੀ ਤੈਨੂੰ, ਮੈਨੂੰ ਕੀ ਪਤਾ ਸੀ। ਉਹ ਬਸ ਕਰੋ, ਤੁਸੀਂ ਆਪਸ ਮੇ ਨਾ ਲੜ ਪਿਓ, ਮੇਰੀ ਵੀ ਸੁਣ ਲਓ ਕੋਈ ਗੱਲ। ਹੁਣ ਪ੍ਰੀਤ, ਆਪਾਂ ਕਿਉਂ ਲੜੀਏ ਇਹਦੇ ਪਿੱਛੇ, ਆਪਾਂ ਨੂੰ ਲੜਾਉਣ ਵਾਲਾ ਰਵੀ ਹੈਗਾ, ਦੇਖ ਹੁਣ ਕਿਵੇਂ ਦੰਦ ਕੱਢੀ ਜਾਂਦਾ ਹੈਗਾ। ਓ ਯਾਰ, ਮੈਂ ਕਦੋਂ ਲੜਾਇਆ ਤੁਹਾਨੂੰ, ਮਤਲਬ ਤੁਸੀਂ ਤਾਂ ਰਾਜ ਵੀ ਆਪ ਹੀ ਲੜ ਦਿਵਾਉਣੀ ਹੁਣ। ਅੱਛਾ, ਅਸੀਂ ਕਦੇ ਵੀ ਨਹੀਂ ਲੜੀਆਂ, ਨਾਲੇ ਕਿਸੇ ਦੀ ਚੱਕ ਜਾ ਕੇ ਤਾਂ ਅਸੀਂ ਜਮੀ ਵੀ ਨਹੀਂ ਲੜੀਆਂ ਹੈਗੀਆਂ। ਅੱਛਾ, ਫਿਰ ਬਿਨਾਂ ਗੱਲ ਸੀ ਲੜੀ ਜਾਂਦੇ ਮੇਰੇ ਨੂੰ ਇਹ। ਦੇਖ ਲਾ ਮਣ, ਇਹਨੂੰ ਐਂ ਲੱਗਦਾ ਰਹਿੰਦਾ ਵੀ ਲੜਦੇ ਨੇ, ਇਸ ਤੋਂ ਵੀ ਨਹੀਂ ਲੜਦੀਆਂ ਹੈਗੀਆਂ, ਤਾਂ ਭੈਣਾਂ ਨੂੰ ਵੀ ਵੱਧ ਕੇ ਰਹਿ ਗਈਆਂ। ਮੈਂ ਜਮੀ ਨਹੀਂ ਲੜਦਾ, ਬਾਲਾ ਹੀ ਪਿਆਰਾ ਤੁਹਾਡੇ, ਤੂੰ ਸਾਨੂੰ ਕਿੱਥੇ ਦੇਖ ਲੈ ਲੜਦੀਆਂ। ਹੁਣੀ ਮੇਰੇ ਅੱਖਾਂ ਦਾ ਨਾ, ਮੈਂ ਮੈਨੂੰ ਕਿਹੜਾ ਦੀਂਦਾ ਕੁਛ ਤੇ ਲੜ। ਦੇਖ ਲੋ ਲੈ, ਅਸਾ ਚੋੜ ਕਰਦੀ ਆ, ਪਿਆਰ ਬਣਿਆ ਹੋਇਆਗਾ। ਉਹ ਚੱਲ ਸ਼ੁਕਰ ਆ, ਤੁਹਾਡੇ ਦੋਨਾਂ ਦੇ ਪਿਆਰ ਨੂੰ ਨਾ ਨਜ਼ਰ ਨਾ ਲੱਗੇ, ਤੁਹਾਡੇ ਦੋਨਾਂ ਦਾ ਪਿਆਰ ਨਾ ਐਂ ਹੀ ਬਣਿਆ ਰਹੇ, ਮੈਂ ਤਾਂ ਕਹਿਣਾ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ, ਇੰਨੀ ਖੁਸ਼ੀ ਨਾਲ ਕਹਿ ਤਾਂ ਦਿੱਤਾ ਵੀ ਤੁਹਾਡਾ ਪਿਆਰ ਐਂ ਬਣਿਆ ਰਹੇ। ਉਹ ਸੱਚ, ਮੈਂ ਤਾਂ ਭੁੱਲ ਹੀ ਗਿਆ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਇੱਕ। ਹਾਂਜੀ ਦੱਸੋ ਕੀ ਗੱਲ ਕਰਨੀ ਆ। ਉਹ ਜਦੋਂ ਤੁਸੀਂ ਉਹਦੇ ਮੈਨੂੰ ਮਿਲ ਕੇ ਨਹੀਂ ਗਏ ਇੱਥੋਂ, ਪਿੱਛੇ ਸਰਪੰਚ ਆ ਗਿਆ ਤੁਹਾਡੇ ਜਾਣ ਤੋਂ ਬਾਅਦ। ਹਾਏ ਰੱਬਾ, ਉਹਨੂੰ ਕਿਵੇਂ ਪਤਾ ਲੱਗ ਗਿਆ? ਪਤਾ ਨਹੀਂ ਯਾਰ, ਕੀ ਕਹਿੰਦਾ ਸੀ ਉਹ, ਤੈਨੂੰ ਕੁਝ ਬੋਲਿਆ ਤਾਂ ਨਹੀਂ? ਉਹ ਤਾਂ ਬਹੁਤ ਕੁਝ ਬੋਲਿਆ ਯਾਰ ਮੈਨੂੰ, ਮੈਨੂੰ ਕਹਿੰਦਾ ਮੈਂ ਰੀਤ ਦਾ ਪਿੱਛਾ ਛੱਡ ਦੇ, ਨਹੀਂ ਤੇਰੇ ਲਈ ਚੰਗਾ ਨਹੀਂ ਹੋਊਗਾ, ਤੇ ਨਾਲੇ ਆਪਦੀ ਸਰਦਾਰੀ ਦੀ ਧੌਣ ਜੀ ਜਮਾਉਂਦਾ ਸੀ ਮੇਰੇ ਤੇ, ਨਾਲੇ ਮੈਨੂੰ ਕਹਿੰਦਾ ਤੂੰ ਜਾਣਦਾ ਨਹੀਂ ਵੀ ਕਿਹੜੇ ਸਰਦਾਰਾਂ ਦੀ ਧੀ ਆ ਉਹ। ਅੱਛਾ, ਫਿਰ ਤੂੰ ਕੀ ਕਿਹਾ? ਮੈਂ ਕਹਿਤਾ ਮੈਂ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਤੇ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ। ਤੇ ਸਰਪੰਚ ਸਾਹਿਬ ਹੋਰ ਕੀ ਬੋਲੇ? ਮੈਨੂੰ ਕਹਿੰਦਾ ਰੀਤ ਨਾਲ ਵਿਆਹ ਕਰਾਉਣ ਦਾ ਸੁਪਨਾ ਦੇਖਣਾ ਛੱਡ ਦੇ, ਇਹ ਸੁਪਨਾ ਤੇਰਾ ਸੁਪਨਾ ਬਣ ਕੇ ਰਹਿ ਜਾਣਾ, ਤੇ ਨਾਲੇ ਕਹਿੰਦਾ ਕਦੇ ਕੁੱਲੰਗ ਵਾਲਿਆਂ ਦੇ ਵੀ ਮਹਿਲਾਂ ਵਾਲਿਆਂ ਨੂੰ ਰਿਸ਼ਤੇ ਹੋਏ ਨੇ। ਫਿਰ ਮੈਂ ਵੀ ਡਰਿਆ ਨਹੀਂ, ਮੈਂ ਵੀ ਕਹਿਤਾ ਵੀ ਮੈਂ ਸੱਚੇ ਦਿਲੋਂ ਪਿਆਰ ਕੀਤਾ ਰੀਤ ਨੂੰ ਤੇ ਮੈਂ ਵਿਆਹ ਵੀ ਰੀਤ ਨਾਲ ਹੀ ਕਰਾਉਣਾ ਚਾਹੇ ਕੁਛ ਮਰਜ਼ੀ ਹੋ ਜੇ। ਨਾਲੇ ਮੈਂ ਉਹਨੂੰ ਇੱਕ ਗੱਲ ਹੋਰ ਕਹਿਤੀ ਵੀ ਜੇ ਜਿੰਨਾ ਟਾਈਮ ਰੀਤ ਆਪਣੇ ਮੂੰਹੋਂ ਨਹੀਂ ਨਾ ਕਹਿੰਦੀ ਵੀ ਹਾਂ ਮੇਰਾ ਪਿੱਛੇ ਛੱਡ ਦੇ, ਮੈਂ ਉਹਨਾਂ ਟਾਈਮ ਨਹੀਂ ਪਿੱਛੇ ਹਟਦਾ। ਰਵੀ, ਮੈਂ ਵੀ ਨਾ ਤੈਨੂੰ ਸੱਚੇ ਦਿਲੋਂ ਹੀ ਪਿਆਰ ਕਰਦੀ ਆ, ਮੈਂ ਵੀ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ, ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਂਗੀ। ਬਸ ਮੈਂ ਵੀ ਇਹੀ ਸੁਣਨਾ ਸੀ ਤੇਰੇ ਮੂੰਹੋਂ, ਹੁਣ ਮੈਨੂੰ ਕਿਸੇ ਦਾ ਡਰ ਨਹੀਂ। ਚੱਲ ਠੀਕ ਹੈ, ਹੁਣ ਨਾ ਅਸੀਂ ਲੇਟ ਹੁੰਨੇ ਆ, ਅਸੀਂ ਚੱਲਦੇ ਆ, ਐਵੇਂ ਕੋਈ ਆ ਗਿਆ ਜੇ ਫਿਰ ਔਖਾ ਹੋ ਜਾਊਗਾ, ਨਾਲੇ ਮੈਨੂੰ ਫੋਨ ਨਾ ਲਾਈ, ਮੈਂ ਆਪੇ ਫੋਨ ਕਰੂੰਗੀ, ਜੇ ਮੇਰਾ ਫੋਨ ਘਰੇ ਖੋਲਿਆ ਫਿਰ ਤੈਨੂੰ ਪਤਾ ਹੀ ਆ। ਬਸ ਤੂੰ ਆਪੇ ਲਾ ਲਈ, ਮੈਂ ਨਹੀਂ ਕਾਲ ਕਰਦਾ, ਠੀਕ ਆ? ਚੱਲ ਚੰਗਾ, ਬਾਏ। ਚੱਲ ਚੰਗਾ ਭੈਣੇ, ਕੱਲ ਨੂੰ ਨਾ ਮੇਰੇ ਵੇਟ ਨਾ ਕਰੀ, ਕਿ ਤਾਂ ਮੈਨੂੰ ਮੇਰੇ ਘਰ ਦੇ ਹੁਣ ਆਉਣ ਦੇਣਗੇ ਕਿ ਨਹੀਂ, ਮੈਨੂੰ ਨਹੀਂ ਲੱਗਦਾ ਮੈਨੂੰ ਹੁਣ ਸਕੂਲ ਭੇਜਣਗੇ। ਕਿਉਂ? ਮੈਂ ਕਰ ਲੈਂਦੀ ਤੇਰੀ ਮੰਮੀ ਨਾਲ ਗੱਲ, ਮੈਂ ਕਹਿ ਦੂੰਗੀ ਕਿ ਮੈਂ ਜ਼ਿੰਮੇਵਾਰੀ ਓੜਦੀ ਆ ਵੀ ਤੁਸੀਂ ਰੀਤ ਨੂੰ ਸਕੂਲ ਭੇਜ ਦਿਆ ਕਰੋ। ਨਹੀਂ ਨਹੀਂ, ਇਹ ਗੱਲਾਂ 'ਚ ਨਾ ਹੁਣ ਕੋਈ ਫਾਇਦਾ ਨਹੀਂ ਹੈਗਾ, ਮੈਂ ਕਹਿ ਦੂੰਗੀ ਅੜੀ ਮੈਂ ਮਿੰਟਾਂ ਕਰ ਲੂੰਗੀ ਉਹਨਾਂ ਦੀਆਂ ਵੀ ਜ਼ਰਾ ਵੀ ਤੰਗ ਕਰੂਗੀ, ਮੈਂ ਜ਼ਿੰਮੇਵਾਰੀ ਓੜਦੀ ਆ। ਅਮਨ, ਹੁਣ ਤਾਂ ਚਾਹੇ ਉਹਨਾਂ ਕੋਲ ਰੱਬ ਆ ਜੇ, ਜਦੋਂ ਉਹਨਾਂ ਨੂੰ ਇੱਕ ਵਾਰੀ ਸ਼ੱਕ ਪੈ ਗਿਆ ਨਾ
ਹੁਣ ਨੀ ਉਹਨਾਂ ਨੇ ਮੈਨੂੰ ਪੜ੍ਹਨ ਦੇਣਾ। ਕੁਛ ਨੀ ਕਹਿੰਦੇ, ਤੇਰੀ ਮੰਮੀ ਨਾਲ ਮੈਂ ਗੱਲ ਕਰ ਲੂੰਗੀ, ਵੈਸੇ ਮੈਂ ਠੀਕ ਹੁਣ 5-7 ਮਿੰਟ ਤੈਨੂੰ, ਜੇ ਨਾ ਆਈ ਤੇ ਮੈਂ ਤੇਰੀ ਮੰਮਾ ਨਾਲ ਗੱਲ ਕਰਕੇ ਨਾ ਤੈਨੂੰ ਮੈਂ ਖੁਦ ਬੁਲਾ ਲਿਆਉਂਗੀ। ਕੋਈ ਨਾ, ਬਸ ਤੂੰ ਰਹਿੰਦੀ, ਤੂੰ ਐਂ ਕਰੀ, ਤੂੰ ਨਾ ਮੇਰੀ ਖਬਰਸਾਰ ਲੈਂਦੀ ਰਹੀ, ਠੀਕ ਆ? ਕੋਈ ਗੱਲ ਨੀ, ਮੈਂ ਤੇਰੀ ਖਬਰਸਾਰ ਲੈਂਦੀ ਰਹੂੰਗੀ ਐਂ ਤਾਂ। ਚੱਲ ਠੀਕ ਆ, ਹੁਣ ਤੂੰ ਜਾ ਤੇ ਮੈਂ ਵੀ ਜਾਂਦੀ ਹਾਂ। ਲੱਗਦਾ ਬੇਬੇ ਨਾ ਮੇਰੇ ਨਾਲ ਬੋਲਦੀ ਨੀ, ਮੈਨੂੰ ਵੀ ਹੁਣ ਲੱਗ ਗਈ ਸਮਝ ਬੇਬੇ ਨੂੰ ਕੀ ਕਹਿਣਾ। ਚਾਹ ਪਾਣੀ ਪੀ ਲਿਆ ਕੁੜੇ? ਹਾਂਜੀ। ਮੈਨੂੰ ਇੱਕ ਗੱਲ ਦੱਸ ਕੁੜੀਏ, ਸੱਚੋ ਸੱਚ ਦੱਸਦੀ, ਤੇਰਾ ਪਿੰਡ ਦੇ ਮੁੰਡੇ ਨਾਲ ਕਿਹੜੇ ਨਾਲ ਪਿਆਰ ਦਾ ਚੱਕਰ ਚੱਲੀ ਜਾਂਦਾ? ਨਹੀਂ ਨਹੀਂ ਮੰਮੀ, ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਨਾਲੇ ਤੁਹਾਨੂੰ ਕਿਹਨੇ ਦੱਸਿਆ? ਝੂਠ ਨਾ ਬੋਲ, ਕੋਈ ਨਾ ਕੋਈ ਗੱਲ ਤਾਂ ਤੇਰੀ ਜ਼ਰੂਰ ਆ। ਮੰਮੀ ਮੈਨੂੰ ਤੁਹਾਡੀ ਸੌਂਹ ਲੱਗੀ, ਮੈਂ ਕਿਸੇ ਮੁੰਡੇ ਨੂੰ ਨਹੀਂ ਜਾਣਦੀ। ਝੂਠ ਨਾ ਬੋਲ, ਕੱਲ ਸਰਪੰਚ ਨੇ ਆਪ ਦੇਖਿਆ ਤੂੰ ਤੈਨੂੰ ਮੁੰਡੇ ਕੋਲੇ ਖੜੀ ਨੂੰ, ਤੇ ਤੇਰਾ ਪਿਓ ਤੇ ਸਰਪੰਚ ਉਹਦੇ ਕੋਲ ਮਿਲ ਕੇ ਆਏ ਨੇ। ਉਹ ਮੁੰਡਾ ਕਹਿੰਦਾ ਮੈਂ ਰੀਤ ਨੂੰ ਪਿਆਰ ਕਰਦਾ ਤੇ ਰੀਤ ਨਾਲ ਹੀ ਵਿਆਹ ਕਰਾਊਂਗਾ, ਐਵੇਂ ਤੂੰ ਮਾਰੀ ਜਾਣੀ ਗੱਪ ਛੱਪ ਜੇ ਮੇਰੇ ਕੋਲੇ। ਅੱਛਾ, ਤੁਸੀਂ ਰਵੀ ਦੀ ਗੱਲ ਕਰ ਰਹੇ ਹੋ? ਓਹੋ ਮੰਮੀ, ਰਵੀ ਮੈਨੂੰ ਨੀ ਪਿਆਰ ਕਰਦਾ, ਉਹ ਤਾਂ ਅਮਨ ਨੂੰ ਪਿਆਰ ਕਰਦਾ ਏ। ਉਹ ਤਾਂ ਨਾ ਕੱਲ ਅਮਨ ਆਈ ਨੀ ਸੀਗੀ, ਉਹ ਮੇਰੇ ਕੋਲ ਖੜ ਗਿਆ, ਮੈਨੂੰ ਪੁੱਛਣ ਲੱਗੇ ਵੀ ਅਮਨ ਕਿਉਂ ਨੀ ਆਈ। ਬਸ ਬਸ ਆਹ ਗੱਲ ਸੀ ਬੇਬੇ। ਤੂੰ ਨਾ ਪਹਿਲੀਆਂ ਹੀ ਆ ਨਾ ਪਾ, ਮੈਂ ਤੇਰੀ ਮਾਂ ਤੇ ਸਰਪੰਚ ਨੇ ਫਿਰ ਐਵੇਂ ਕਹਿਤਾ ਵੀ ਉਹਦੇ ਕੋਲ ਕੁੜੀ ਦੇਖੀਏ ਮੈਂ ਖੜੀ? ਓਹੋ ਮੰਮੀ, ਜਦੋਂ ਰਵੀ ਮੇਰੇ ਕੋਲ ਖੜਾ ਸੀਗਾ, ਬਸ ਸਰਪੰਚ ਨੂੰ ਐ ਭੁਲੇਖਾ ਲੱਗਿਆ ਹੋਣਾ ਵੀ ਕਿਤੇ ਮੇਰੀ ਰਵੀ ਨਾਲ ਗੱਲਬਾਤ ਆ, ਮੇਰੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਨੂੰ ਤਾਂ ਤੁਸੀਂ ਉਈ ਵਿੱਚ ਘੜੀਸੀ ਜਾਂਦੇ ਹੋ। ਨਾ ਸਰਪੰਚ ਨੂੰ ਤੇ ਤੇਰੇ ਪਿਓ ਨੂੰ ਉਹਨੇ ਐਂ ਕਿਉਂ ਕਿਹਾ ਮੈਂ ਕੁੜੀ ਨਾਲ ਵਿਆਹ ਕਰਾਉਂ? ਓਹੋ ਮੰਮੀ, ਉਹ ਮੁੰਡੇ ਨੇ ਕੁੜੀ ਕਿਹਾ, ਪਰ ਮੇਰਾ ਨਾਮ ਤਾਂ ਨਹੀਂ ਲਿਆ ਹੈਗਾ। ਨਾਲੇ ਨਾ ਅੱਜ ਵੀ ਰਵੀ ਸਾਨੂੰ ਮਿਲਿਆ ਸੀਗਾ, ਜਦੋਂ ਮੈਂ ਤੇ ਅਮਨ ਦੀਦੀ ਆ ਰਹੇ ਸੀ, ਉਹਨੇ ਇਹੀ ਗੱਲ ਕਹੀ ਵੀ ਅਮਨ ਤੇਰੇ ਡੈਡੀ ਤੇ ਸਰਪੰਚ ਮੈਨੂੰ ਧਮਕੀ ਦੇ ਕੇ ਗਏ ਨੇ, ਉਹਨੂੰ ਤਾਂ ਵਿਚਾਰੇ ਨੂੰ ਇਹੀ ਨਹੀਂ ਪਤਾ ਹੈਗਾ ਵੀ ਉਹ ਮੇਰੇ ਡੈਡੀ ਨੇ ਕਿ ਅਮਨ ਦੇ। ਫਿਰ ਇਹ ਗੱਲ ਹੈ ਤਾਂ ਅਮਨ ਨੂੰ ਹੁਣੇ ਫੋਨ ਲਾ, ਮੈਂ ਗੱਲ ਕਰੂੰਗੀ। ਹਾਂ ਹਾਂ ਬੇਬੇ, ਮੈਂ ਹੁਣੇ ਫੋਨ ਲਾ ਕੇ ਗੱਲ ਕਰਵਾ ਦਿੰਦੀ ਹਾਂ। ਚੱਲ ਜੇ ਪੁੱਤੇ ਇਹ ਗੱਲ ਹੈ ਤੂੰ ਅਮਨ ਨੂੰ ਕੱਲ ਨੂੰ ਘਰੇ ਲਿਆਈ, ਮੈਂ ਆਪੀ ਗੱਲ ਕਰ ਲੂੰ। ਲੈ ਬੇਬੇ, ਜੇ ਤੁਹਾਨੂੰ ਐ ਲੱਗਦਾ ਮੈਂ ਹੁਣੇ ਫੋਨ ਲਾ ਕੇ ਗੱਲ ਕਰਾ ਦਿੰਦੀ ਹਾਂ। ਨਾ ਨਾ ਪੁੱਤ, ਐ ਤਾਂ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਪੂਰਾ, ਉਹ ਮੈਨੂੰ ਤੇਰੇ ਤੇ ਤਸੱਲੀ ਹੈ, ਮੇਰੀ ਧੀ ਇਹੋ ਜਿਹੀ ਨਹੀਂ ਹੈਗੀ, ਸਿਆਣੀ ਧੀ ਹੈ ਤੂੰ ਮੇਰੀ। ਨਾਲੇ ਬੇਬੇ ਤੁਸੀਂ ਐ ਸੋਚ ਕੇ ਦੇਖੋ, ਤੁਹਾਨੂੰ ਪਤਾ ਮੈਨੂੰ ਚੰਨੀ ਵੀਰੇ ਤੋਂ ਕਿੰਨਾ ਡਰ ਲੱਗਦਾ, ਉਹ ਤਾਂ ਮੈਨੂੰ ਨਾ ਉਹਦੇ ਨਾਲ ਦੇ ਨਾਲ ਟੋਆ ਪੱਟ ਕੇ ਦੱਬ ਦੂਗਾ। ਨਾਲੇ ਬੇਬੇ ਤੁਸੀਂ ਆਪ ਸੋਚ ਕੇ ਦੇਖੋ, ਮੈਂ ਇਹੋ ਜਿਹੀ ਗਲਤੀ ਕਰ ਸਕਦੀ ਹਾਂ? ਕਦੇ ਵੀ ਨਹੀਂ। ਮੇਰੀ ਗੱਲ ਸੁਣ ਲੈ ਕੁੜੀ ਕੰਨ ਖੋਲ ਕੇ, ਜੇ ਕੋਈ ਤੇਰੀ ਗੱਲਬਾਤ ਉਹ ਮੁੰਡੇ ਨਾਲ ਹੋਈ, ਤੇਰਾ ਭਾਈ ਤੇ ਤੇਰਾ ਪਿਓ ਤਾਂ ਬਾਅਦ ਚ ਕੁਛ ਕਹਿਣਗੇ ਤੇ ਤੇਰੀ ਗੁੱਤ ਮੈਂ ਪੱਟੂ, ਇਹ ਹਿਸਾਬ ਲਾ ਲਈ ਤੂੰ। ਨਾਲੇ ਤਾਂ ਤੈਨੂੰ ਸਕੂਲ ਨੀ ਜਾਣ ਦੇਣਾ, ਜਿੰਨਾ ਚਿਰ ਤੇਰਾ ਵਿਆਹ ਨੀ ਹੋਊਗਾ ਨਾਲੇ ਤੈਨੂੰ ਰੱਖੂ ਕਮਰੇ ਚ ਬੰਦ, ਹਿਸਾਬ ਲਾ ਲਈ ਫਿਰ ਤੂੰ। ਠੀਕ ਹੈ ਬੇਬੇ, ਮੈਂ ਤੁਹਾਡੀ ਸਾਰੀਆਂ ਗੱਲਾਂ ਦਾ ਧਿਆਨ ਰੱਖੂੰਗੀ, ਹੁਣ ਮੈਂ ਜਾ ਕੇ ਆਪਣੇ ਕਮਰੇ ਚ ਪੜ ਲਾਂ। ਪੜਤਾ ਨਹੀਂ, ਪਹਿਲਾਂ ਭਾਂਡੇ ਪਏ ਚਾਹ ਰਹੇ ਉਹ ਮਾਂ ਦੇ, ਤੇ ਨਾਲੇ ਮੈਂ ਮਲਕੀਤ ਕੇ ਜਾ ਕੇ ਉਹਨਾਂ ਦੇ ਮੁੰਡੇ ਦਾ ਨਾ ਐਕਸੀਡੈਂਟ ਹੋ ਗਿਆ, ਚੰਡੀਗੜ੍ਹ ਦਾਖਲ ਹੈ, ਬੋਰਡ ਦਾ ਨਹੀਂ ਹੈਗਾ। ਅੱਛਾ, ਕਿਹੜਾ ਮੁੰਡਾ ਬੇਬੇ, ਛੋਟਾ ਕੇ ਵੱਡਾ? ਛੋਟਾ ਸੀ, ਉਹਨਾਂ ਦੇ ਤਾਂ ਦੋਨੇ ਮੁੰਡੇ ਹੀ ਸਿਆਣੇ ਐ। ਚੱਲ ਤੂੰ ਭਾਂਡੇ ਭੁੰਡੇ ਨਿਬੇੜ ਦੇ ਕੰਮ ਹੈ, ਮੈਂ ਜਾ ਆਵਾਂ। ਹਾਂ ਹਾਂ, ਤੁਸੀਂ ਬੇਫਿਕਰ ਹੋ ਕੇ ਪਤਾ ਲਿਓ, ਮੈਂ ਭਾਂਡੇ ਮਾਂਜਦੀ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ। ਹਾਂਜੀ ਹਾਂਜੀ, ਵਧੀਆ, ਤੁਸੀਂ ਠੀਕ ਹੋ? ਹੋਰ ਸਿਹਤ ਕਿਵੇਂ ਆ? ਹਾਂਜੀ ਹਾਂਜੀ, ਮੈਂ ਵੀ ਵਧੀਆ।
ਮਾੜੀ ਜੀ ਨਾ ਅਮਨ ਨਾਲ ਗੱਲ ਕਰਨੀ ਸੀਗੀ। ਹਾਂਜੀ ਕਰਵਾ ਦੋ। ਹੈਲੋ, ਹਾਂ ਕਿਵੇਂ ਅਮਨ? ਵਧੀਆ ਠੀਕ ਠਾਕ, ਤੂੰ ਸੁਣਾ ਮੋਟੋ ਕਿਵੇਂ ਆ? ਵਧੀਆ, ਮੈਂ ਤਾਂ ਮੈਨੂੰ ਲੱਗਦਾ ਬਚ ਗਈ 17 ਤੋਂ ਹੈ ਫਿਰ। ਹਾਂ ਹਾਂ ਮੈਂ ਤਾਂ ਬਚ ਗਈ, ਪਰ ਤੇਰੀ ਗੱਲ ਨੂੰ ਪੇਸ਼ੀ ਆ ਮਾਤਾ ਕੋਲੇ। ਓਹੋ, ਹੁਣ ਕੀ ਪੰਗਾ ਪਾਤਾ? ਪੰਗਾ ਕੋਈ ਨੀ, ਕਹਿੰਦੇ ਨਾ ਵਿਚੋਲੇ ਨੂੰ ਸ਼ਾਂਪ ਪਾਉਣੀ ਜ਼ਰੂਰੀ ਹੁੰਦੀ ਆ, ਹੁਣ ਕੱਲ ਨੂੰ ਤੇਰੇ ਸ਼ਾਂਪ ਪਵਾਉਣੀ ਆ। ਐ ਕਰੀ ਕਿਹੜੀ ਸ਼ਾਂਪ, ਮੈਨੂੰ ਤਾਂ ਕੁਛ ਨਹੀਂ ਸਮਝ ਆ ਰਿਹਾ ਕੀ ਕਹਿ ਰਹੀ ਐ। ਓਹੋ ਅਮਨ ਕੁਛ ਨੀ, ਪਤਾ ਮੈਂ ਨਾ ਸਾਰੀ ਗੱਲ ਮਸਾਂ ਸਾਂਭੀ ਆ, ਮੈਂ ਜਿਹੜੀ ਵੀ ਗੱਲਬਾਤ ਸੀ ਨਾ ਮੈਂ ਮੇਰੀ ਬੇਬੇ ਨੂੰ ਐਵੇਂ ਕਹਿਤਾ ਵੀ ਮੇਰੀ ਤਾਂ ਰਵੀ ਨਾਲ ਕੋਈ ਗੱਲ ਹੀ ਨਹੀਂ, ਅਮਨ ਦੀ ਗੱਲਬਾਤ ਆ। ਓਹੋ, ਮੇਰਾ ਨਾਮ ਲੈਤਾ? ਹਾਂਜੀ। ਚੱਲ ਜੋ ਤਾਂ ਮੇਰਾ ਨਾਮ ਲੈ ਦਿੱਤਾ, ਮੈਂ ਯਾਰੀ ਦੋਸਤੀ ਖਾਤਰ ਇੰਨਾ ਕੁ ਤਾਂ ਕਰ ਹੀ ਸਕਦੀ ਆ, ਕੋਈ ਗੱਲ ਨੀ ਸਾਂਭ ਲੂੰਗੀ ਮੈਂ ਆਪੇ। ਚੱਲ ਠੀਕ ਹੈ, ਥੈਂਕ ਯੂ, ਹੁਣ ਤੁਸੀਂ ਕੱਲ ਨੂੰ ਟਾਈਮ ਨਾਲ ਆ ਜਿਓ, ਠੀਕ ਹੈ? ਕੋਈ ਨਾ ਆ ਜਾਊਂਗੀ, ਹੁਣ ਕਹਿੰਦੀ ਹੈ ਥੈਂਕ ਯੂ। ਕੀ ਆ, ਵਿਚੋਲਗਿਰੀਆਂ ਵੀ ਤਾਂ ਤੁਸੀਂ ਕਰਦੇ ਸੀ, ਮੈਂ ਤਾਂ ਜਮਾ ਵੀ ਨਹੀਂ ਦੇਖਦੀ ਸੀ ਉਹਦੇ ਵੱਲ। ਨੀ ਮੈਂ ਤਾਂ ਹਾਸੀ ਮਜ਼ਾਕ ਚ ਕਿਹਾ ਸੀ, ਮੈਨੂੰ ਕੀ ਪਤਾ ਸੀ ਤੂੰ ਇੰਨੀ ਸੀਰੀਅਸ ਹੋ ਜਾਏਗੀ। ਓਹੋ ਦੀਦੀ, ਤੁਸੀਂ ਹਾਸੀ ਮਜ਼ਾਕ ਵੀ ਨਹੀਂ ਕਰਨਾ ਸੀ, ਮੈਨੂੰ ਤਾਂ ਐਸੇ ਤੁਸੀਂ ਸੀਰੀਅਸ ਕਹਿੰਦੇ ਹੋ, ਬਸ ਫਿਰ ਮੈਂ ਵੀ ਸੀਰੀਅਸ ਕਦੋਂ ਹੋ ਗਈ? ਚੱਲ ਕੋਈ ਨਾ, ਹੁਣ ਬਾਹਲੀ ਲੰਬੀ ਨਾ ਗੱਲ ਜੀ ਸੇੜ, ਤੇ ਮੈਂ ਕੱਲ ਨੂੰ ਆਉਂਗੀ ਤੇਰੀ ਮੰਮੀ ਕੋਲੇ। ਠੀਕ ਹੈ ਠੀਕ ਹੈ, ਤੇ ਫੋਨ ਕੱਟ, ਮੈਂ ਵੀ ਕੰਮ ਕਰ ਰਹੀ ਸੀ, ਥੋੜਾ ਜਿਹਾ ਰਹਿੰਦਾ ਸੀ ਕੰਮ। ਚਲੋ ਠੀਕ ਹੈ, ਓਕੇ ਬਾਏ। ਚਾਰ ਰਵੀ ਨੂੰ ਫੋਨ ਲਾ ਕੇ ਦੱਸ ਹੀ ਦਿੰਦੀ ਆ। ਹੈਲੋ, ਹਾਂਜੀ ਮੋਟੋ, ਫੋਨ ਦੇ ਉੱਪਰ ਹੀ ਬੈਠੇ ਸੀ? ਨਹੀਂ ਨਹੀਂ, ਮੈਨੂੰ ਤਾਂ ਤੇਰੀ ਟੈਨਸ਼ਨ ਲੱਗੀ ਪਈ ਸੀ, ਤਾਂ ਹੀ ਫੋਨ ਕੋਲੇ ਰੱਖੀ ਬੈਠਾ ਸੀ, ਮੈਨੂੰ ਪਤਾ ਸੀ ਵੀ ਫੋਨ ਤਾਂ ਲਾਊਗੀ ਗਿਰਾ। ਅੱਛਾ ਜੀ, ਮੇਰੀ ਟੈਨਸ਼ਨ ਲੈਣ ਦੀ ਲੋੜ ਨਹੀਂ, ਬਥੇਰਾ ਦਿਮਾਗ ਤੇਰੀ ਵਾਲੀ ਜੱਟੀ ਦਾ। ਦਿਮਾਗ ਤਾਂ ਹੈਗਾ ਮੈਨੂੰ, ਐਂ ਸੀ ਨਾ ਵੀ ਤੇਰੇ ਬਾਪੂ ਤੇ ਤੇਰੇ ਭਰਾ ਦਾ ਸੁਭਾਅ ਬਹੁਤ ਕੱਬਾ ਗਾ, ਮੈਨੂੰ ਐਂ ਸੀ ਵੀ ਕਿਤੇ ਤੇਰੇ ਥੌਲਾ ਨਾ ਪਤਾ ਹੋਵੇ ਉਹਨਾਂ ਨੇ। ਸਾਰਾ ਦਿਨ ਨਾ ਮਜ਼ਾਕ 'ਚ ਗੱਲਾਂ ਨਾ ਲਿਆ ਕਰ, ਮੈਂ ਸਾਰੀ ਗੱਲ ਸਾਂਭ ਲਈ, ਟੈਨਸ਼ਨ ਨਾ ਲੈ। ਸਾਂਭ ਲਈ ਬਸ, ਸਾਂਭ ਲਈ, ਮੈਂ ਕਹਿਤਾ ਬੇਬੇ ਹੋਣਾ ਨੂੰ ਵੀ ਮੇਰੀ ਤਾਂ ਰਵੀ ਨਾ ਕੋਈ ਗੱਲ ਹੀ ਨਹੀਂ ਹੈਗੀ, ਗੱਲਬਾਤ ਤਾਂ ਅਮਨ ਦੀ ਆ। ਹੈਂ, ਇਹ ਕਿਵੇਂ? ਲੈ ਫਿਰ ਕੀ ਹੁੰਦਾ, ਮੈਂ ਅਮਨ ਨਾਲ ਵੀ ਗੱਲ ਕਰ ਲਈ, ਉਹ ਮੰਨ ਗਈ, ਕਹਿੰਦੀ ਮੈਂ ਆਪੇ ਸਾਂਭ ਲੂੰਗੀ, ਫਿਰ ਜਦੋਂ ਸਾਰੀ ਗੱਲ ਟਿਕਦੀ ਆ ਫਿਰ ਹੁਣ ਕਿਸੇ ਢੰਗ ਨਾਲ ਤਾਂ ਟਕਿਆਉਣੀ ਪਊਗੀ ਨਾ, ਜਦੋਂ ਵਿਆਹ ਕਰਾਉਣਾ ਆਪਾਂ ਉਦੋਂ ਦੇਖੀ ਜਾਓ ਕੀ ਹੋਊਗਾ। ਉਹ ਤਾਂ ਮੈਂ ਤੇਰੀ ਗੱਲ ਮੰਨਦਾ, ਪਰ ਉਹ ਉਹਨਾਂ ਨੇ ਐ ਨਹੀਂ ਕਿਹਾ ਵੀ ਨਾ ਤਾਂ ਉਹ ਰੀਤ ਤੇਰਾ ਲੈਂਦਾ ਸੀਗਾ? ਓਹੋ, ਮੈਂ ਕਹਿਤਾ ਵੀ ਉਹਨੂੰ ਭੁਲੇਖਾ ਸੀਗਾ, ਬਸ ਵੀ ਉਹਨਾਂ ਨੂੰ ਲੱਗੇ ਤੁਸੀਂ ਅਮਨ ਦੇ ਮੰਮੀ ਡੈਡੀ ਹੋ, ਇੰਨੀ ਕੁ ਗੱਲ ਸੀ, ਨਾਮ ਨੂਮ ਦਾ ਤਾਂ ਫਿਰ ਬਾਹਲਾ ਪੁੱਛਿਆ ਨਹੀਂ ਹੈਗਾ ਮਾਤਾ ਨੇ। ਮਰੇ ਸੱਪ, ਹੁਣ ਤੂੰ ਵਿਚਾਰੀ ਅਮਨ ਦੀ ਗੱਲ ਪਤਾ ਹੈ? ਓਹੋ, ਇੱਥੇ ਮਰੇ ਸੱਪ ਵਾਲੀ ਕੀ ਗੱਲ ਆ, ਅਸੀਂ ਭੈਣਾ ਭੈਣਾ ਇੰਨਾ ਕੁ ਤਾਂ ਇੱਕ ਦੂਜੇ ਵਾਸਤੇ ਕਰ ਹੀ ਸਕਦੀਆਂ। ਅੱਛਾ ਚੱਲ ਠੀਕ ਆ, ਹੁਣ ਧਿਆਨ ਰੱਖੀਂ ਆਪਦਾ, ਚੰਗਾ? ਚੱਲ ਠੀਕ ਆ, ਵੈਸੇ ਹੀ ਬੇਬੇ ਆਉਣ ਵਾਲੀ ਆ, ਫੇਰ ਕਰੂੰਗੀ ਜੇ ਟਾਈਮ ਲੱਗਿਆ। ਚੱਲ ਮੈਨੂੰ ਫੋਨ ਲਾ ਲਈ, ਪੁੱਤ ਬਣ ਕੇ ਚੰਗਾ, ਮੇਰਾ ਜੀ ਨਹੀਂ ਲੱਗਦਾ ਤੈਨੂੰ ਪਾ ਪਏਗਾ। ਠੀਕ ਹੈ। ਆ ਗਏ? ਹਾਂ। ਹੋਰ ਰੋਟੀ ਰੂਟੀ ਚਾਹ ਚ ਦੱਸ? ਨਹੀਂ ਬਸ ਰੋਟੀ ਰੋਟੀ ਲਿਆਉਣੀ ਆ। ਨਹੀਂ ਨਹੀਂ ਰੋਟੀ ਦੀ ਲੋੜ ਨਹੀਂ। ਹੋਰ ਰੀਤ ਨਾਲ ਕਰੀ ਸੀ ਗੱਲ ਉਹ? ਹਾਂ ਕਰੀ ਸੀ ਗੱਲ। ਫਿਰ ਕੀ ਗੱਲ ਹੋਈ? ਉਹ ਕਹੀ ਮੇਰੀ ਤਾਂ ਕੋਈ ਗੱਲ ਹੀ ਨਹੀਂ, ਉਹ ਤਾਂ ਅਮਨ ਦੀ ਗੱਲ ਹੈ। ਇਹ ਗੱਲ ਹੈ, ਫਿਰ ਰੀਤ ਨੂੰ ਫੋਨ ਕਿਉਂ ਲਾਉਂਦਾ? ਨਹੀਂ ਇਹੋ ਜੀ ਕੋਈ ਗੱਲ ਨਹੀਂ, ਸਰਪੰਚ ਸਾਹਿਬ ਨੂੰ ਗਲਤ ਫਹਿਮੀ ਹੋ ਗਈ। ਉਹ ਜੇ ਗਲਤ ਫਹਿਮੀ ਹੋ ਗਈ ਫਿਰ ਉਹ ਰੀਤ ਨੂੰ ਫੋਨ ਕਿਉਂ ਲਾਉਂਦਾ? ਉਹ ਫੋਨ ਤਾਂ ਲਾਉਂਦਾ, ਉਹਦਾ ਅਮਨ ਦਾ ਫੋਨ ਬੰਦ ਆ ਹੀ ਜਾਂਦਾ, ਤਾਂ ਉਹਨੇ ਰੀਤ ਨੂੰ ਫੋਨ ਲਾਇਆ ਸੀ। ਚੱਲ ਠੀਕ ਹੈ, ਤੂੰ ਧਿਆਨ ਰੱਖੀ, ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤ ਜ਼ਿਆਦਾ ਹੁਸ਼ਿਆਰ ਨੇ, ਮਾਂ ਪਿਓ ਨੂੰ ਤਾਂ ਬੁੱਧੂ ਬਣਾ ਦਿੰਦੀਆਂ ਮਿੰਟਾਂ ਦੇ ਵਿੱਚ। ਮਾਂ ਪਿਓ ਦੇ ਭੋਲੇਪਣ ਦਾ ਨਾ ਨਜਾਇਜ਼ ਫਾਇਦਾ ਉਠਾਉਂਦੀਆਂ ਨੇ, ਹੱਥਾਂ 'ਚੋਂ ਨਿਕਲ ਜਾਂਦੀਆਂ ਨੇ। ਫਿਰ ਵੀ ਯਕੀਨ ਤਾਂ ਕਰੋ ਉਹਦੀ ਗੱਲ ਦਾ, ਕੱਲ੍ਹ ਨੂੰ ਅਮਨ ਨੂੰ ਘਰੇ ਬੁਲਾ ਕੇ ਮੈਂ ਆਪੇ ਪੁੱਛ ਲੂੰਗੀ। ਮੈਂ ਜਲਦੀ ਮੁੰਡਾ ਲੱਭ ਕੇ ਨਾ ਇਹਦਾ ਵਿਆਹ ਕਰ ਦੂੰਗਾ,
ਫਿਰ ਵੀ ਤੂੰ ਧਿਆਨ ਰੱਖਿਆ ਕਰ, ਇਹਦਾ ਨੀ ਪਤਾ ਕਦੋਂ ਕੁੜੀਆਂ ਚੰਦ ਚੜਾ ਦੇਣ, ਮਾਂ ਪਿਓ ਦੀ ਇੱਜ਼ਤ ਮਿੱਟੀ ਚ ਮਿਲਾ ਦੇਣ। ਤੁਸੀਂ ਟੈਨਸ਼ਨ ਨਾ ਲਓ ਤੇ ਮੈਂ ਨਿਗਾਹ ਰੱਖੂੰਗੀ। ਮੈਂ ਟੈਨਸ਼ਨ ਨਹੀਂ ਲੈਂਦਾ, ਕੱਲ ਨੂੰ ਨਾ ਰਿਸ਼ਤੇ ਦੀ ਦੱਸ ਪਈ ਆ, ਜੇ ਚੰਗਾ ਮੁੰਡਾ ਲੱਭ ਗਿਆ ਨਾ ਤੇ ਬਸ ਫਿਰ ਆਪਾਂ ਰਿਸ਼ਤਾ ਲੈ ਹੀ ਲਵਾਂ। ਬਸ ਠੀਕ ਹੈ ਫਿਰ, ਚਲੋ ਤੁਸੀਂ ਆਰਾਮ ਕਰ ਲਓ, ਮੈਂ ਚਾਹ ਲੈ ਕੇ ਆਉਣੀ ਆ। ਤਾਈ ਆਜਾ ਆਜਾ ਭਾਈ ਅਮਨ। ਆ ਗਈ ਤਾਈ ਰੀਤ। ਰੀਤ ਇੱਥੇ ਆ, ਦੱਸ। ਅੱਛਾ, ਤੇ ਤਾਈ ਕਿਵੇਂ ਬੁਲਾਇਆ ਸੀ ਮੈਨੂੰ? ਹਾਂ ਤੈਨੂੰ ਮੈਂ ਬੁਲਾਇਆ ਸੀ ਭਾਈ, ਕੰਮ ਸੀਗਾ। ਦੱਸੋ ਤਾਈ। ਦੇਖ ਅਮਨ, ਜਿਹੜੀ ਗੱਲ ਮੈਂ ਪੁੱਛੂਗੀ ਨਾ ਸੱਚੀ ਸੱਚੀ ਦੱਸੀ, ਜੇ ਝੂਠ ਬੋਲੂਗੀ ਤਾਂ ਮੈਥੋਂ ਬੁਰਾ ਕੋਈ ਨੀ। ਹਾਂ ਤਾਈ ਜੀ, ਪੁੱਛੋ ਜਿਹੜੀ ਗੱਲ ਪੁੱਛਣੀ ਆ, ਮੈਂ ਇੱਕ ਝੂਠ ਬੋਲੂਗੀ ਭਲਾਂ ਦੀ? ਗੱਲ ਤਾਂ ਜਿਹੜੀ ਮੈਂ ਪੁੱਛਣੀ ਪੁੱਛਣੀ ਹੈ। ਚੱਲ ਆ ਜਾ ਅੰਦਰ ਆ ਜਾ। ਚਲੋ ਤਾਈ। ਹਾਂ ਹਾਂ, ਮੈਂ ਤੈਨੂੰ ਕੁੜੀ ਸਮਝਿਆ ਤੇ ਮੈਨੂੰ ਸਾਰੀਆਂ ਗੱਲਾਂ ਸੱਚੋ ਸੱਚੀ ਜਵਾਬ ਦੇਈ ਭਾਈ। ਲੱਪਣਾ ਦੀ ਮੈਂ ਤਾਈ ਕਿਉਂ ਝੂਠ ਬੋਲੂਗੀ, ਤੁਸੀਂ ਪੁੱਛੋ ਜਿਹੜਾ ਕੁਛ ਪੁੱਛਣਾ ਹੈਗਾ। ਵੀ ਜਿਹੜਾ ਪਿੰਡ ਵਾਲਾ ਮੁੰਡਾ ਆਪਣੇ ਰਵੀ ਹੈ, ਉਹ ਤੈਨੂੰ ਪਿਆਰ ਕਰਦਾ ਕਿ ਮੇਰੀ ਰੀਤ ਨੂੰ ਪਿਆਰ ਕਰਦਾ? ਮੈਨੂੰ ਸੱਚੀ ਗੱਲ ਦੱਸ ਦੇ। ਨਹੀਂ ਨਹੀਂ ਤਾਈ ਜੀ, ਰਵੀ ਨੂੰ ਤਾਂ ਮੈਂ ਪਿਆਰ ਕਰਦੀ ਹੈਗੀ ਤੇ ਨਾਲ ਇੱਕ ਦੂਜੇ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ। ਨਾ ਤਾਈ ਜੀ ਤੇ ਸਰਪੰਚ ਜੀ ਗਏ ਸੀ ਰਵੀ ਨੂੰ ਦਬਕਾਉਣ, ਤੇ ਰੀਤ ਦਾ ਤਾਈ ਜੀ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ। ਨਾ ਰੀਤ ਤਾਂ ਏਡੀ ਚੰਗੀ ਕੁੜੀ ਹੈਗੀ। ਤੇ ਤੈਨੂੰ ਇਸ ਬਾਰੇ ਕੀ ਪਤਾ? ਤਾਈ ਜੀ ਮੇਰੇ ਕੋਲ ਫੋਨ ਆਇਆ ਸੀ ਰਵੀ ਦਾ, ਵੀ ਤਾਈ ਜੀ ਤੇ ਸਰਪੰਚ ਜੀ ਆਏ ਸੀਗੇ। ਅੱਛਾ ਤਾਈ ਜੀ, ਮੈਂ ਰੀਤ ਨੂੰ ਮਿਲਣਾ ਹੁਣ? ਪਰ ਰੀਤ ਨੂੰ ਤਾਂ ਮਿਲ ਲਾ, ਮੈਨੂੰ ਐ ਦੱਸ, ਰੀਤ ਦਾ ਕਿਸੇ ਮੁੰਡੇ ਨਾਲ ਕੋਈ ਚੱਕਰ ਤਾਂ ਨਹੀਂ? ਤੈਨੂੰ ਪਤਾ ਹੈ ਤਾਂ ਮੈਨੂੰ ਦੱਸ ਦੇ। ਨਹੀਂ ਨਹੀਂ ਤਾਈ ਜੀ, ਰੀਤ ਦਾ ਕਿਸੇ ਮੁੰਡੇ ਨਾਲ ਕੋਈ ਚੱਕਰ ਨਹੀਂ ਹੈਗਾ। ਰੀਤ ਤਾਂ ਏਡੀ ਸਿਆਣੀ ਕੁੜੀ ਹੈ, ਨਾਲੇ ਪੜ੍ਹਾਈ ਚ ਬਹੁਤ ਹੁਸ਼ਿਆਰ ਹੈਗੀ, ਇਹੋ ਜਿਹੇ ਕੰਮਾਂ ਤੋਂ ਬਹੁਤ ਦੂਰ ਰਹਿੰਦੀ ਹੈਗੀ। ਐ ਤਾਂ ਮੈਨੂੰ ਉਮੀਦ ਸੀ ਉਹਦੇ, ਮੇਰੀ ਧੀ ਇਹੋ ਜਿਹੀ ਨਹੀਂ ਹੈਗੀ। ਜਾ ਤੂੰ ਜਾ ਕੇ ਮਿਲ ਲਾ ਰੀਤ ਨੂੰ। ਠੀਕ ਹੈ ਤਾਈ ਜੀ। ਮੈਨੂੰ ਮੇਰੀ ਧੀ ਤੇ ਪੂਰਾ ਯਕੀਨ ਹੈ, ਇਹੋ ਜਿਹੀ ਤਾਂ ਹੋ ਹੀ ਨਹੀਂ ਸਕਦੀ। ਨਾਲੇ ਉਹ ਮੇਰੀ ਧੀ ਹੈ, ਪਤਾ ਕਿੰਨਾ ਉਹਨੂੰ, ਮੈਨੂੰ ਰੱਬ ਜਿੰਨਾ ਭਰੋਸਾ ਹੈ ਉਹਦੇ ਉੱਤੇ, ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਕਰ ਸਕਦੀ ਉਹ। ਰੀਤ। ਹਾਂ ਹਾਂ, ਆ ਜਾ ਅਮਨ, ਐ ਕਰ ਬਾਹਰ ਲਾਇਆ। ਠੀਕ ਹੈ, ਬੁਲਾ ਤਾ ਤੈਨੂੰ। ਤੇ ਹੋਰ ਸੁਣਾ ਅੜੀਏ, ਕੀ ਹਾਲ ਹੈ? ਬਸ ਹਾਲ ਹੀ ਹਾਲ ਆ। ਤੂੰ ਦੱਸ ਕੀ ਕਹਿੰਦੀ ਮੇਰੀ ਮਾਂ? ਵਧੀਆ, ਠੀਕ ਨੀ? ਕੀ ਕਹਿਣਾ ਭੈਣੇ, ਤੇਰੀ ਮਾਂ ਤਾਂ ਬਾਹਲੀ ਭੈੜੀ, ਸੱਚੀ ਮੈਨੂੰ ਤਾਂ ਐ ਸੀ ਮਾਂ ਚੱਲ ਹਨਾ ਬੁੜੀਆਂ ਜਿਹੀ ਵਰਗੀ ਹੋਣੀਆਂ ਤਾਂ ਭੈਣੇ ਬਹੁਤ ਤੇਜ਼ ਹੈਗੀ। ਉਹ ਤਾਂ ਮੈਨੂੰ ਪਤਾ ਹੀ ਆ, ਹੁਣ ਮੰਨੀ ਕਿ ਨਹੀਂ? ਪੁੱਛਦੀ ਸੀ, ਕਹਿੰਦੀ ਕੋਈ ਰਵੀ ਦੀ ਕਿਹਦੇ ਨਾਲ ਗੱਲ ਹੈ ਕਿ ਰੀਤ ਨਾਲ? ਮੈਂ ਹਾਂ ਰੀਤ ਨਾਲ ਨੀ ਹੈਗੀ, ਮੇਰੇ ਨਾਲ ਗੱਲ ਹੈਗੀ। ਤੇ ਨਾਲੇ ਫਿਰ ਮੈਂ ਕਹਿ ਵੀ ਦਿੱਤਾ ਸੀ ਮੈਂ ਤਾਇਆ ਤੇ ਸਰਪੰਚ ਗਏ ਸੀ ਮਗਰ ਮਹਾ, ਤੇ ਉਹ ਤਾਂ ਮੈਂ ਸਾਡੀ ਗੱਲਬਾਤ ਹੈ ਵੀ ਤੁਸੀਂ ਨੇ ਕੀ ਲੈਣਾ ਹਨਾ। ਕਹਿੰਦੀ ਠੀਕ ਆ ਠੀਕ ਆ। ਕਹਿੰਦੀ ਹੋਰ ਦੱਸ ਮੈਨੂੰ ਕਿਸੇ ਨਾਲ ਹੋਰ ਤਾਂ ਨੀ ਵੀ ਰੀਤ ਦੀ ਗੱਲਬਾਤ? ਤੂੰ ਕੀ ਕਿਹਾ? ਮੈਂ ਕਿਹਾ ਕਿਸੇ ਨਾਲ ਨੀ ਹੈਗੀ, ਨਾ ਰੀਤ ਮਾ ਇਹੋ ਜਿਹੀ ਕੁੜੀ ਨੀ ਹੈਗੀ ਵੀ ਗੱਲਬਾਤ ਕਰਦੀ ਫਿਰਦੀ ਹੈਗੀ। ਚੱਲ ਸ਼ੁਕਰ ਆ ਮਨ, ਤੂੰ ਮੈਨੂੰ ਬਚਾ ਲਿਆ। ਦੇਖ ਰੀਤ, ਹੁਣ ਤਾਂ ਵੀ ਮੈਂ ਤੈਨੂੰ ਬਚਾ ਲਿਆ, ਹੁਣ ਆਪਦਾ ਅੱਗੇ ਤੋਂ ਧਿਆਨ ਰੱਖ। ਮੈਂ ਕੀ ਕਰਾਂ ਮਨ, ਮੈਂ ਤਾਂ ਵਿਚਾਲੇ ਫਸੀ ਪਈ ਆ, ਨਾ ਮੈਂ ਰਵੀ ਨੂੰ ਛੱਡ ਸਕਦੀ, ਨਾ ਮੈਂ ਹੁਣ ਘਰਦਿਆਂ ਨੂੰ ਦੱਸ ਸਕਦੀ। ਦੇਖ ਰੀਤ, ਦੋਨਾਂ ਚੋਂ ਇੱਕ ਚੀਜ਼ ਚੁਣਨੀ ਪਊਗੀ, ਚਾਹੇ ਤਾਂ ਮਾਂ ਬਾਪ ਚੁਣ ਲਾ, ਚਾਹੇ ਤੂੰ ਰਵੀ ਨੂੰ ਚੁਣ ਲਾ। ਓਏ ਰਵੀ ਤਾਂ ਮੈਂ ਚੁਣਿਆ ਹੀ ਹੋਇਆ, ਹੁਣ ਮਾਂ ਬਾਪ ਨੂੰ ਵੀ ਕਿਵੇਂ ਧੋਖਾ ਦੇ ਸਕਦੀ ਆ? ਪਰ ਇੱਕ ਤਰ ਤਾਂ ਧੋਖਾ ਕਰਨਾ ਪਊਗਾ ਤੈਨੂੰ, ਚਾਹੇ ਮਾਂ ਬਾਪ ਨਾ ਕਰ ਜਾ ਧੋਖਾ, ਚਾਹੇ ਰਵੀ ਨਾ ਕਰ ਜਾ। ਤੂੰ ਵੀ ਦੱਸ ਕੀ ਕਰਾਂ ਹੁਣ? ਦੇਖ ਬਈ, ਮੈਂ ਤਾਂ ਤੈਨੂੰ ਇੱਕੋ ਹੀ ਸਲਾਹ ਦਿੰਨੀ ਆ, ਤੂੰ ਰਵੀ ਨੂੰ ਛੱਡ ਦੇ। ਫਿਰ ਕੋਈ ਦਿਨ ਇਹੋ ਜਿਹਾ ਸੀ ਜਦੋਂ ਤੂੰ ਮੈਨੂੰ ਆਪ ਕਹਿੰਦੀ ਹੁੰਦੀ ਸੀ ਵੀ ਰਵੀ ਤੈਨੂੰ ਪਸੰਦ ਕਰਦਾ, ਤੂੰ ਗੱਲ ਕਰ ਲਾ। ਅੱਜ ਤੂੰ ਆਪਦੇ ਮੂੰਹੋਂ ਕਹੀ ਜਾਂਦੀ ਰਵੀ ਨੂੰ ਛੱਡ ਦੇ, ਫਿਰ ਐ ਹੁਣ ਕਿੱਥੇ ਛੱਡਿਆ ਜਾਊਗਾ? ਇਹ ਕਿਹੜਾ ਕੋਈ ਖੇਡ ਖਿਡਾਉਣਾ ਏ? ਖੇਡ ਖਿਡਾਉਣਾ ਨੀ ਯਾਰ, ਤੇਰੀ ਮਾਂ ਦਾ ਸੁਭਾਅ ਬਹੁਤ ਤਲਕ ਹੈ।
ਹਜੇ ਤਾਂ ਤੂੰ ਮੇਰੀ ਮਾਂ ਦਾ ਹੀ ਸੁਭਾਅ ਦੇਖਿਆ, ਜੇ ਤੂੰ ਮੇਰੇ ਵੀਰੇ ਤੇ ਡੈਡੀ ਦਾ ਸੁਭਾਅ ਦੇਖ ਲਿਆ ਨਾ, ਬਸ ਫਿਰ ਮੁੜ ਕੇ ਤੂੰ ਸਾਡੇ ਘਰੇ ਨੀ ਆਉਣਾ ਹੈਗਾ। ਰੀਤ ਤਾਈਓ ਮੈਂ ਕਹਿੰਦੀ ਹੈਗੀ ਵੀਰੇ, ਦੇਖ ਰੀਤ ਤੈਨੂੰ ਮਾਂ ਬਾਪ ਪਿਆਰਾ ਜਾਂ ਰਵੀ ਪਿਆਰਾ, ਇਹ ਫੈਸਲਾ ਹੁਣ ਤੇਰੇ ਹੱਥ ਚ ਹੈਗਾ। ਪਿਆਰ ਤਾਂ ਮੈਨੂੰ ਮੈਂ ਦੋਨਾਂ ਨੂੰ ਬਹੁਤ ਕਰਦੀ ਹਾਂ, ਪਰ ਮੈਨੂੰ ਤਾਂ ਨਾ ਸਮਝ ਨੀ ਆਉਂਦੀ ਮੈਂ ਕੀ ਕਰਾਂ। ਅੜੀਏ ਹੁਣ ਸੋਚ ਸਮਝ ਕੇ ਫੈਸਲਾ ਲੈ, ਤੇਰੀ ਮਾਂ ਦਾ ਬਹੁਤ ਕੱਬਾ ਸੁਭਾਅ ਹੈ, ਜਿਹੜਾ ਹਿਸਾਬ ਦਾ ਤੇਰੀ ਮਾਂ ਦਾ ਸੁਭਾਅ ਹੈ ਨਾ, ਤੁਹਾਡਾ ਵਿਆਹ ਤਾਂ ਨੀ ਹੋ ਸਕਦਾ। ਤੇ ਇਹ ਗੱਲ ਤੂੰ ਭੁੱਲ ਜਾ ਵੀ ਮੇਰਾ ਰਵੀ ਨਾਲ ਵਿਆਹ ਹੋਊਗਾ। ਰੀਤ ਅੜੀਏ ਮੈਨੂੰ ਐਂ ਲੱਗਦਾ ਹੁਣ ਵੀ ਤੇਰਾ ਰਿਸ਼ਤਾ ਕਰ ਦੇਣਗੇ ਇਸੇ ਮਹੀਨੇ 'ਚ। ਨਹੀਂ ਨਹੀਂ ਅਮਨ, ਮੈਂ ਰਵੀ ਤਾਂ ਦੂਰ ਨਹੀਂ ਹੋ ਸਕਦੀ, ਤੂੰ ਐਂ ਨਾ ਬੋਲ। ਲੜੀਏ ਜਿਹੜਾ ਮੈਂ ਤੈਨੂੰ ਦੱਸਣਾ ਸੀ ਮੈਂ ਤਾਂ ਤੈਨੂੰ ਦੱਸਦਾ ਸੱਚ, ਤੇ ਚੱਲ ਠੀਕ ਹੈ ਮੈਂ ਚੱਲਦੀ ਹਾਂ, ਕਿਤੇ ਤਾਈ ਗੱਲਾਂ ਵੀ ਨਾ ਸੁਣ ਲੈ, ਇੱਕ ਦੂਜੇ ਨੂੰ ਮੁੜ ਕੇ ਮਿਲਣ ਵੀ ਨਹੀਂ ਦੇਣਾ, ਤੇ ਆਪਣਾ ਧਿਆਨ ਰੱਖੀ ਤੂੰ। ਚੱਲ ਠੀਕ ਹੈ। ਹੈਲੋ। ਹਾਂਜੀ ਰਵੀ। ਯਾਰ ਇੱਕ ਨਾ ਪ੍ਰੋਬਲਮ ਆ ਗਈ। ਕੀ ਪ੍ਰੋਬਲਮ ਆ ਗਈ ਹੁਣ? ਮੇਰਾ ਇੱਕ ਅੱਧੇ ਦਿਨ ਚ ਵਿਆਹ ਕਰਕੇ ਨਾ, ਬਸ ਹੁਣ ਮੈਨੂੰ ਤੋਰਨ ਦੀ ਤਿਆਰੀ ਕਰ ਰਹੇ ਨੇ ਮੰਮੀ ਡੈਡੀ। ਲੈ ਯਾਰ ਐਂ ਕਿਵੇਂ ਕਰ ਦੇਣਗੇ ਵਿਆਹ ਯਾਰ ਇੱਕ ਦਿਨ ਚ? ਮੈਨੂੰ ਨਹੀਂ ਪਤਾ ਹੈਗਾ ਇੱਕ ਦਿਨ ਚ ਕਰਨਗੇ ਕਿ ਚਾਰ ਦਿਨਾਂ ਚ, ਪਰ ਮੈਨੂੰ ਇੰਨਾ ਪਤਾ ਮਹੀਨਾ ਟਪਾਉਂਦੇ ਨਹੀਂ ਇਹ, ਵਿਆਹ ਤਾਂ ਮੇਰਾ ਕਰਨਗੇ। ਫਿਰ ਮੇਰੀ ਗੱਲ ਸੁਣ ਯਾਰ, ਮੈਨੂੰ ਨਹੀਂ ਪਤਾ, ਮੈਂ ਤਾਂ ਮਿਲਣਾਗਾ, ਮੈਂ ਤੈਨੂੰ ਚੀਜ਼ ਫੜਾਉਂਗਾ ਤੇ ਆ ਘਰਦੇ ਨੂੰ ਪਾ ਦੇਂਗੇ। ਚੀਜ਼ ਕੀ ਚੀਜ਼? ਬਸ ਫੜਾਉਂਗਾ ਕੁਛ ਤਾਂ, ਤੂੰ ਸਬਜ਼ੀ ਚ ਪਾ ਦੀ ਬਸ, ਜੇ ਮਿਲਣਾ ਤਾਂ। ਤੂੰ ਫੜਾਏਂਗਾ ਕਿਵੇਂ, ਨਾਲੇ ਰਹੀ ਗੱਲ ਅਮਨ ਨੂੰ ਤਾਂ ਸਾਡੇ ਘਰੇ ਆਉਣ ਹੀ ਨਹੀਂ ਦਿੰਦੇ। ਕੋਈ ਨਾ ਉਹ ਮੇਰੇ ਤੇ ਛੱਡ ਦੇ, ਤੇਰੀ ਸਹੇਲੀ ਸੋਨੀ ਨੂੰ ਫੜਾ ਦੂੰ ਮੈਂ, ਉਹ ਆਜੂਗੀ ਤੁਹਾਡੇ ਘਰੇ, ਉਹਦੇ ਤਾਂ ਕੋਈ ਸ਼ੱਕ ਨਹੀਂ ਕਰਨਾ ਤੇਰੀ ਬੇਬੇ ਨੇ। ਹਾਂ ਤਾਂ ਆਜੂਗੀ। ਚੱਲ ਠੀਕ ਹੈ। ਠੀਕ ਆ ਤੇ ਅੱਜ ਹੀ ਭੇਜਦਾ ਮੈਂ, ਚੰਗਾ ਹੁਣ ਚੰਗਾ ਫੜ ਲਈ ਤੇ ਧਿਆਨ ਨਾਲ ਜਿਹੜੀਆਂ ਗੱਲਾਂ ਕਰਨੀਆਂ ਨਾ ਆਪਦੀਆਂ ਸਾਰੀਆਂ ਗੱਲਾਂ ਮੁਕਾ ਕੇ ਜਾਈ, ਫਿਰ ਰੋਜ਼ ਰੋਜ਼ ਤੂੰ ਕਹਿਣਾ ਈ, ਰੋਜ਼ ਰੋਜ਼ ਮੇਰੇ ਤੋਂ ਨੀ ਚੋਰੀਆਂ ਰੱਖੀਆਂ ਜਾਣੀਆਂ। ਕੋਲੇ ਆ ਕੇ ਗੱਲ ਕਲੀਅਰ ਕਰਕੇ ਜਾਉਂ ਤੇਰੇ ਨਾਲ, ਸਾਰੀਆਂ ਗੱਲਾਂ ਕਲੀਅਰ ਕਰਕੇ ਜਾਊਂਗਾ ਅੱਜ। ਠੀਕ ਹੈ ਠੀਕ ਆ, ਮਿਲ ਕੇ ਗੱਲ ਕਰਦੇ ਆ। ਓਕੇ ਠੀਕ, ਧਿਆਨ ਰੱਖੀ ਆਪਦਾ ਤੇ ਨਾਲੇ ਪਾ ਦੀ ਧਿਆਨ ਨਾਲ। ਠੀਕ ਹੈ ਓਕੇ। ਕਿਵੇਂ ਬੁਲਾਇਆ ਸੀ ਰੋਬੀ ਮੈਨੂੰ? ਪੁੱਛਣਾ ਸੋਨੀ ਮੈਨੂੰ ਨਾ, ਤੇਰੇ ਤੱਕ ਬਾਹਲਾ ਜ਼ਰੂਰੀ ਕੰਮ ਹੈਗਾ, ਰੀਤ ਨੂੰ ਤਾਂ ਪਤਾ ਹੀ ਹੈ ਤੈਨੂੰ ਯਾਰ ਸਾਡੀ ਗੱਲਬਾਤ ਦਾ ਹੈ ਨਾ, ਅਤੇ ਮੇਰਾ ਬਾਈ ਬਣ ਕੇ ਕੰਮ ਕਰਕੇ ਆ, ਨਾਲੇ ਉਹਨੂੰ ਫੜਾ ਦੀ ਚੰਗਾ। ਬਾਈ ਮੈਨੂੰ ਤਾਂ ਡਰ ਲੱਗਦਾ ਰੋਬੀ। ਉਹ ਕੁਛ ਨਹੀਂ ਹੁੰਦਾ, ਬਾਈ ਬਣ ਕੇ ਚੰਗਾ ਫੜਾ ਦੀ। ਉਹਦੀ ਬੇਬੇ ਹੋਊਗੀ ਘਰੇ? ਬੇਬੇ ਹੋਊਗੀ ਕੁਛ ਨਹੀਂ, ਤੂੰ ਕਿਹੜਾ ਦਿਖਾ ਕੇ ਫੜਾਉਣਾ ਚਾਹੁੰਦਾ, ਤੂੰ ਹੀ ਬਸ ਲੁਕੋ ਕੇ ਲੈ ਜਾਈ ਉਹਨੂੰ, ਕਿੱਡੀ ਦਸ ਚਾਰ ਪੰਜ ਤਾਂ ਬੋਲ ਮੈਨੂੰ। ਕੀ ਕਰਨਾ ਹੁਣ, ਉਹਨੂੰ ਫੜਾਉਣੀਆਂ ਨੇ? ਉਹਨੂੰ ਫੜਾਉਣੀ ਆ, ਮੈਂ ਜਾਣਾ ਅੱਜ ਉਹਦੇ ਕੋਲੇ। ਸੋਚ ਸਮਝ ਕੇ ਕਰਿਆ ਕਰੋ ਇਹੋ ਜਿਹਾ ਕੰਮ। ਇਹੋ ਜਿਹਾ ਕੰਮ ਕੀ ਯਾਰ, ਕੀ ਕੰਮ ਕਰਨਾ ਹੁਣ, ਗੱਲਬਾਤ ਕਰਕੇ ਆਉਣੀ ਹੈਗੀ ਤੁਸੀਂ ਉਦੋਂ। ਤੇ ਉਹਨੂੰ ਅਮਨ ਨੂੰ ਫੜਾ ਦਿੰਦੇ, ਅਮਨ ਤਾਂ ਉਹਦੀ ਸਹੇਲੀ ਆ, ਫਰੈਂਡ ਆ ਪੂਰੀ ਪੱਕੀ। ਅਮਨ ਨਾਲ ਯਾਰ ਉਹਦੀ ਬੇਬੇ ਨਹੀਂ ਉਹ ਕਰਨ ਦਿੰਦੀ ਉਹਨੂੰ, ਉਹਦੀ ਬੇਬੇ ਨੂੰ ਐਂ ਕਿਹਾ ਵਾ ਵੀ ਮੇਰੇ ਨਾਲ ਗੱਲਬਾਤ ਅਮਨ ਦੀ। ਅੱਛਾ ਉਹ ਤਾਂ ਸ਼ੱਕ ਕਰਦੀ ਆ। ਹਾਂ ਤੇ ਤੂੰ ਫੜਾਏ ਤੇ ਉਹਨੂੰ ਸਮਝਾ ਆਈ ਕਿਤੇ ਆਪਣਾ ਦਾਲ ਖਾ ਲਏ ਉਹ ਕੰਮ ਲਈ ਚੰਗਾ, ਉਹਨੂੰ ਕਹਿ ਦੀ ਵੀ ਤੂੰ ਨਾ ਖਾਈ, ਤੂੰ ਜਾਂ ਵੀ ਪਹਿਲਾਂ ਅੱਡ ਕੱਢ ਕੇ ਰੱਖ ਲਈ ਤੇ ਬਾਕੀ ਤੇਰੇ ਆ ਘਰਦਿਆਂ ਨੂੰ ਪਾ ਦੀ ਉਹਨੂੰ ਕਹਿ ਚੰਗਾ। ਚੱਲ ਠੀਕ ਆ ਯਾਰ, ਤਾਂ ਬਾਹਲਾ ਹੀ ਪੁੱਠਾ ਕੰਮ ਕਰਵਾਈ ਜਾਂਦਾ ਮੇਰੇ ਤੋਂ। ਕੋਈ ਨਾ ਬਾਈ ਬਣੇ, ਤੇਰਾ ਸਾਰੀ ਉਮਰ ਆਸਾਨ ਨਹੀਂ ਬੋਲਦਾ, ਮੇਰਾ ਇੰਨਾ ਕੰਮ ਕਰਿਆ, ਜਿਹੜਾ ਤੂੰ ਅੱਜ ਆਹ ਕੰਮ ਕਢਾ ਦੇਂਗੀ ਨਾ ਮੇਰਾ। ਸੱਚੀ ਬੜਾ ਪਿਆਰ ਕਰਦਾ ਉਹਨੂੰ। ਮੈਂ ਤਾਂ ਪੁੱਛਣਾ ਜਾਣ ਤੋਂ ਵੱਧ ਕੇ ਕਰਦਾ ਤੈਨੂੰ ਪਤਾ। ਜੀ ਨਹੀਂ ਲੱਗਦਾ ਉਹਦੇ ਬਿਨਾ? ਜੀ ਕਿੱਥੇ ਲੱਗਦਾ, ਤੂੰ ਮੇਰੇ ਨਾਲ ਹੋ ਨਾ ਕਰ ਵਾਲੀਆਂ ਫੀਲਿੰਗ ਹੀ ਨਾ ਲੈ ਤੂੰ। ਚਲ ਕੋਈ, ਤੂੰ ਆਪਦੀਆਂ ਲੈਣ ਲੱਗ ਜਾਂਦੀ ਹੈਗੀ, ਤੂੰ ਵਾਗ ਜਾ ਬਸ ਹੁਣ। ਚਲ ਕੋਈ ਨਾ ਠੀਕ ਹੈ, ਫੜਾ ਆਈ ਬਾਈ ਬਣ ਕੇ ਚੰਗਾ। ਚਲ ਠੀਕ, ਉਹਨੂੰ ਨਾਲੇ ਕਹਿੰਦੀ ਵੀ ਬਸ ਰਵੀ ਨੂੰ ਫੋਨ ਲਾ ਲਈ ਚੰਗਾ। ਚਲ ਠੀਕ ਹੈ, ਚੰਗਾ ਠੀਕ ਹੈ, ਲੈ ਨਾ ਜਾ, ਦੱਸਣਾ ਦੇ ਕਿਸੇ ਨੂੰ ਤੇ ਆਪਦੇ ਦੋਸਤ ਨੂੰ ਦੱਸ। ਮੈਂ ਕਿਹਨੂੰ ਦੱਸਣਾ, ਵਾਗ ਜਾ, ਸ਼ੁਕਰ ਆ ਰੱਬ ਦਾ ਇਹ ਜੇ ਇੰਨਾ ਕੰਮ ਕਰਦੇ ਨਾ ਤਾਂ ਸਿਰਾ ਲੱਗ ਜਾਏ ਅੱਜ। ਕਿਵੇਂ ਰੀਤਾ? ਠੀਕ ਹੈ ਸੰਨੀ, ਬੈ ਜਾ ਇੱਧਰ ਨੂੰ ਹੋ ਜਾ। ਕਿਵੇਂ ਬੈਠੀ ਹੈਗੀ ਬੇਲੀ?
ਕੀ ਕਰਾਂ ਹੋਰ, ਵਿਹਲੀ ਬੈਠਣ ਤੋਂ ਇਲਾਵਾ ਕੰਮ ਵੀ ਕੀ ਆ? ਹੋਰ ਤੈਨੂੰ ਕੰਮ ਹੈ ਨਹੀਂ ਕੋਈ? ਪੜ ਮੈਂ ਨਹੀਂ ਸਕਦੀ। ਕਿਉਂ, ਕੀ ਹੋ ਗਿਆ? ਬਾਹਰ ਅੰਦਰ ਮੈਂ ਨਹੀਂ ਜਾ ਸਕਦੀ। ਅੱਛਾ, ਉਹ ਤੈਨੂੰ ਸਾਰਾ ਕੁਛ ਪਤਾ ਹੀ ਆ? ਹਾਂ ਪਤਾ ਤਾਂ ਹੈਗਾ ਯਾਰ ਮੈਨੂੰ। ਤੇ ਤੇਰੀ ਬੇਬੇ ਕਿੱਥੇ ਗਈ ਆ ਸੱਚ? ਬੇਬੇ ਹੈ ਨਹੀਂ ਬਾਹਰ? ਨਾ ਯਾਰ, ਘਰੇ ਗਈ ਆ ਕਿਸੇ ਦੇ? ਨਹੀਂ ਨਹੀਂ, ਕਿਸੇ ਦੇ ਘਰੇ ਨਹੀਂ ਗਈ, ਇੱਧਰ ਹੀ ਹੋਣੀ ਬਾੜੇ ਬੂੜੇ ਚ। ਅੱਛਾ, ਤੇਰੀ ਤੂੰ ਮੇਰੀ ਗੱਲ ਸੁਣ ਇੱਕ ਸੱਚ, ਮੈਨੂੰ ਨਾ ਰਵੀ ਮਿਲਿਆ ਸੀਗਾ। ਕੀ ਕਹਿੰਦਾ? ਬੜੀ ਖੁਸ਼ ਹੋ ਗਿਆ ਨਾਮ ਸੁਣ ਕੇ ਹੈ। ਤੇ ਉਹਨੇ ਨਾ ਇੱਕ ਮੈਨੂੰ ਚੀਜ਼ ਦਿੱਤੀ ਸੀਗੀ। ਚੱਲ ਚੰਗਾ ਲੈ ਫੜਾ। ਕੀ ਫੜਾਇਆ ਉਹਨੇ? ਹਾਂ ਫੜਾ ਤਾਂ ਮੈਂ ਦਿੰਨੀ ਆ ਚੀਜ਼, ਠੀਕ ਆ? ਤੇ ਤੂੰ ਨਾ ਐਂ ਕਰੀ, ਤੇ ਨਾਲੇ ਧਿਆਨ ਨਾਲ ਪਾਈ, ਠੀਕ ਆ? ਸਬਜ਼ੀ ਚ ਆਪਣਾ ਖਾ ਲਈ, ਕਿਤੇ ਸੁੱਤੀ ਰਹਿ ਜੇ। ਫਿਰ ਮੈਂ ਕਿਹੜੀ ਸਬਜ਼ੀ ਖਾਊਂਗੀ? ਤੂੰ ਅਲੱਗ ਕੱਢ ਲਈ ਆਪਦੀ ਪਹਿਲਾਂ। ਚੱਲ ਚੰਗਾ, ਤੇ ਨਾਲੇ ਧਿਆਨ ਰੱਖੀ ਪੂਰਾ, ਠੀਕ ਆ? ਨਾਲੇ ਕਿਸੇ ਨੂੰ ਦੱਸਣਾ ਨਹੀਂ ਹੈਗਾ, ਠੀਕ ਹੈ? ਨਾਲੇ ਮੇਰੀ ਵੀ ਗੱਲ ਕਰਵਾ ਦੀ ਕਿਸੇ ਨਾਲ। ਰਵੀ ਕਿੰਨਾ ਸੋਹਣਾ ਹੈ। ਐ ਕਰ, ਮੈਨੂੰ ਤਾਂ ਹਜੇ ਤੱਕ ਕੰਡੇ ਚੁਗੇ ਨੀਗੇ, ਰਵੀ ਨਾਲ ਤੂੰ ਹੀ ਗੱਲ ਕਰ ਲੈ। ਨਹੀਂ ਮੈਂ ਨੀ, ਉਹ ਤਾਂ ਤੇਰੀ ਇਮਾਨਤ ਹੈਗੀ, ਉਹਦੇ ਨਾਲ ਮੈਂ ਨੀ ਕੁਛ ਕਰ ਸਕਦੀ। ਤੇ ਚੱਲ ਠੀਕ ਹੈ, ਚੰਗਾ ਮੈਂ ਚੱਲਦੀ ਹਾਂ। ਇਹ ਠੀਕ ਹੈ, ਹੁਣ ਤੇਰਾ ਜੀ ਲੱਗ ਜੂਗਾ ਨਾਲੇ, ਹਨਾ? ਆ ਗਏ? ਹਾਂ ਆ ਤਾਂ ਗਿਆ। ਮੈਂ ਕਿਹਾ ਮੇਰੀ ਸਲਾਹ ਹੈ ਵੀ ਮੈਂ ਡਾਕਟਰ ਕੋਲ ਜਾਵਾਂ, 15 ਦਿਨ ਹੋ ਗਏ, ਦਰਦ ਹੀ ਮਹੀਨਾ ਦਰਦ ਹੀ ਹੋਈ ਜਾਂਦੇ। ਜਾ ਕੇ ਆਉਂਦੇ ਫਿਰ? ਨਾ ਜਾਣਾ ਆਉਣਾ, ਮੈਂ ਕਿਹਾ ਮੈਂ ਦੱਸ ਦਿਆਂ ਮਾੜਾ ਜਿਹਾ ਵੀ ਡਾਕਟਰ ਦੱਸ ਦੂ ਵੀ ਕੀ ਗੱਲਬਾਤ ਹੈ ਕੋਈ। ਆਹੋ ਜਾਓ ਜਾਓ ਫਿਰ। ਹਾਂ ਮੈਂ ਜਾ ਛੇਤੀ ਆਈ, ਬਸ ਜੋ ਦੱਸਦਾ ਮੈਂ ਆ ਹੀ ਜਾਣਾ। ਹਾਂ ਦਰਦ ਕਿਉਂ ਹੁੰਦਾ ਹੈ, ਇਹ ਕੀ ਗੱਲ ਹੈ? ਅੱਗੇ ਤਾਂ ਪਹਿਲਾਂ ਤਾਂ ਕਦੇ ਹੋਇਆ ਨਹੀਂ ਹੈਗਾ। ਚੱਲ ਡਾਕਟਰ ਹੀ ਦੱਸੂ ਵੀ ਕਿਉਂ ਹੁੰਦਾ, ਖਾਧੇ ਪੀਤੇ ਦਾ ਜਾਂ ਕੀ ਗੱਲਬਾਤ ਹੈ। ਕੀ ਕਹਿੰਦਾ ਡਾਕਟਰ? ਡਾਕਟਰ ਨੇ ਤਾਂ ਹੋਰ ਹੀ ਗੱਲ ਕਹਿਤੀ, ਜਿਹੜਾ ਆਪਾਂ ਮੈਂ ਲਵੇ ਦੀ ਨਹੀਂ ਲੰਘਦੇ। ਉਹ ਕਹਿੰਦਾ ਵੀ ਤੁਸੀਂ ਕੋਈ ਨਸ਼ਾ ਨੁਸ਼ਾ ਕਰਦੇ ਹੋ? ਲੈ ਮੈਂ ਕਿਹਾ ਨਾ, ਮੈਂ ਤਾਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ। ਕਹਿੰਦਾ ਵੀ ਜਿਹੜਾ ਤੁਸੀਂ ਖਾਣਾ ਖਾਂਦੇ ਨਾ ਕੋਈ ਸ਼ਾਮ ਨੂੰ, ਵੀ ਉਹਦੇ 'ਚ ਕੋਈ ਨਸ਼ੀਲੀ ਚੀਜ਼ ਮਿਲਾਈ ਜਾਂਦੀ ਹੈ। ਲੈ ਉਹਨੇ ਚੈੱਕ ਕਰਿਆ, ਚੈੱਕ ਕਰਕੇ ਦੱਸਿਆ ਮੈਨੂੰ। ਨਸ਼ਾ ਤਾਂ ਤੂੰ ਤਿੰਨ ਧਰਦਾ, ਇਹ ਕੀ ਚੀਜ਼ ਹੋਈ? ਤੂੰ ਤਾਂ ਚਾਹ ਹੀ ਕੱਪੀ ਨਹੀਂ ਪੀਂਦਾ ਚੱਜ ਨਾਲ। ਮੈਂ ਜਿਹੜੀ ਗੱਲ ਤੈਨੂੰ ਕਹਿੰਦਾ ਸੀ ਨਾ ਵੀ ਕੁੜੀ 'ਚ ਨਿਗਾਹ ਰੱਖੀ, ਤੇ ਉਹੀ ਗੱਲ ਹੋਈ। ਉਹ ਕਿਵੇਂ? ਉਹ ਨਾ ਆਪਾਂ ਨੂੰ ਕੋਈ ਨਾ ਕੋਈ ਚੀਜ਼ ਗੋਲੀਆਂ ਗਾਲੀਆਂ ਪਾਉਂਦੀ ਆ ਰੋਟੀ 'ਚ ਵੀ ਸੁੱਤੇ ਰਹਿਣ। ਤੂੰ ਵੀ ਅੱਗੇ ਸੁਨੇਹੇ ਉੱਠ ਕਰਦੀ, ਤੇ ਹੁਣ ਤੂੰ 8-8 ਵਜੇ ਤੱਕ ਪਈ ਰਹਿਣੀ। ਅੱਗੇ ਮੈਂ 4 ਵਜੇ ਜਾਗ ਆ ਜਾਂਦੀ, ਤੇ ਹੁਣ ਕਿੰਨਾ ਟਾਈਮ ਹੋ ਜਾਂਦਾ, ਜਾਗ ਹੀ ਨਹੀਂ ਆਉਂਦੀ ਹੈਗੀ। ਅੱਜ ਪਾਪਾ ਕੀ ਕਰਨਾ, ਜਦੋਂ ਸ਼ਾਮ ਦਾ ਖਾਣਾ ਲੈ ਕੇ ਉਹ ਕੁੜੀ ਰੋਟੀ ਤਾਂ ਪੜਾਉਂਦੀ ਹੈ ਰੋਜ਼, ਵੀ ਉਹਨੂੰ ਤਾਂ ਆਪਾਂ ਕਹਿੰਦੇ ਵੀ ਰੋਟੀ ਖਾਣੀ ਹੈ, ਵੀ ਆਪਾਂ ਰੋਟੀ ਖਾਂਦੇ ਨਹੀਂ, ਇਹ ਸਾਰੀ ਗੱਲ ਦਾ ਪਤਾ ਲੱਗ ਜੂ ਆਪਾਂ ਨੂੰ ਵੀ ਕੀ ਗੱਲ ਹੈ। ਹਾਂ ਇਹ ਵੀ ਗੱਲ ਠੀਕ ਹੈ ਤੁਹਾਡੀ। ਹਾਂ ਹਾਂ ਬਸ ਐਂ ਕਰਾਂਗੇ, ਪਤਾ ਲੱਗ ਜੂ ਫਿਰ ਆਪਾਂ ਨੂੰ, ਪਤਾ ਫੇਰ ਹੀ ਲੱਗੂ ਜੇ ਆਪਾਂ ਇਸ ਗੱਲ ਦਾ ਖਿਆਲ ਰੱਖਾਂਗੇ। ਪਹਿਲਾਂ ਆਪਾਂ ਖਿਆਲ ਨਹੀਂ ਕਰਦੇ, ਰੋਟੀ ਖਾ ਲੈਂਦੇ ਹਾਂ, ਯਕੀਨ ਕਰ ਲੈਂਦੇ ਹਾਂ। ਸ਼ੱਕ ਹੀ ਨਹੀਂ ਜਦੋਂ ਕੋਈ ਸ਼ੱਕ, ਹੁਣ ਆਪਦੇ ਪੁੱਤ ਦੀ ਕਰੀ ਜਾਂਦੇ ਨੇ, ਹੁਣ ਦੱਸ ਫਿਰ ਇਹਦੂ ਵੱਡਾ ਹੁਣ ਸ਼ੱਕ ਕੀ ਹੋ? ਉਹੀ ਤਾਂ ਗੱਲ ਹੈ। ਚੱਲ ਆਪਾਂ ਅੱਜ ਫਿਰ ਐਂ ਕਰਾਂਗੇ, ਸ਼ਾਮ ਦੀ ਰੋਟੀ ਨਾ ਤੂੰ ਖਾਈ ਨਾ ਮੈਂ, ਤੇ ਨਾਲੇ ਕੁੜੀ ਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਆਪਾਂ ਖਾਧੀ। ਹਾਂ ਹਾਂ ਫੇਰ ਹੀ ਪਤਾ ਲੱਗੂ, ਫੇਰ ਪਤਾ ਲੱਗੂ ਆਪਾਂ। ਤੇ ਜੇ ਆਪਾਂ ਪਹਿਲਾਂ ਹੀ ਪੁੱਛ ਲਿਆ ਵੀ ਤੂੰ ਇਹ 'ਚ ਕੀ ਪਾਉਣੀ ਆ ਕੀ ਕਰਦੀ ਆ, ਫਿਰ ਉਹ ਆਪਣੀ ਗੱਲ ਪਊ ਵੀ ਮੈਂ ਰੋਟੀ ਕੀ ਜ਼ਹਿਰ ਪਾਤਾ। ਉਹ ਕਿਉਂ ਕਹਾਊਗੀ? ਉਹ ਆਖੂ ਮੈਂ ਤੁਹਾਨੂੰ ਕੋਈ ਨਸ਼ਾ ਕਰੂੰਗੀ ਜਾਂ ਮੈਂ ਤੁਹਾਨੂੰ ਕੀ ਜ਼ਹਿਰ ਪਾਉਂਗੀ। ਚੱਲ ਠੀਕ ਹੈ, ਇਸ ਗੱਲ ਦਾ ਆਪਾਂ ਨੂੰ ਪਤਾ ਲੱਗਿਆ, ਧਿਆਨ ਰੱਖੀ ਮੈਂ ਮਾੜਾ ਜਿਹਾ ਕੰਮ ਜਾਇਆ ਮੈਂ। ਹਾਂ ਜਾ ਆਇਆ, ਠੀਕ ਹੈ। ਚਲੋ ਠੀਕ ਹੈ, ਮੈਂ ਵੀ ਕੰਮ ਧੰਦਾ ਕਰਦੀ ਹਾਂ, ਆਹ ਹੋਰ ਹੀ ਫਿਕਰ ਲੱਗ ਗਿਆ ਮੈਨੂੰ ਤਾਂ। ਹੈਂ ਐਂ ਕਿਵੇਂ ਪੁੱਛੀਏ ਤੇ ਕਿਉਂ ਉਹ ਕਰੂਗੀ, ਮੈਨੂੰ ਤਾਂ ਸਮਝ ਤੋਂ ਬਾਹਰ ਹੋਈ ਪਈ ਕਹਾਣੀ ਇਹ। ਚੱਲ ਅੱਜ ਦੇਖਦੇ ਹਾਂ, ਫਿਰ ਪਰਤਿਆ ਹੀ ਲੈਂਦੇ ਹਾਂ, ਫਿਰ ਪਤਾ ਲੱਗ ਜੂਗਾ। ਬਾਪੂ ਜੀ, ਬੇਬੇ ਤੁਸੀਂ ਰੋਟੀ ਖਾ ਲਈ? ਹਾਂ ਪੁੱਤ ਖਾ ਲਈ ਜੀ ਰੋਟੀ। ਉਹ ਸਬਜ਼ੀ ਤਾਂ ਨਹੀਂ ਪਈ ਸੀ ਬਾਠੀਆਂ 'ਚ, ਇੱਕ ਥਾਲੀ ਵਾਲੀ ਖਾ ਲਈ ਅਸੀਂ, ਉਹ ਸੁੱਚੀ ਹੈ। ਉਹ ਪੁੱਤ ਕਾਲਜ ਦਾ ਬੜਾ ਮੱਚੀ ਜਾਂਦਾ ਸੀ, ਫਿਰ ਇੱਕ ਸਬਜ਼ੀ ਨਾਲ ਹੀ ਸਾਰ ਪਿਆ ਸੀ। ਚਿੱਤ ਜਿਹਾ ਵੀ ਠੀਕ ਨਹੀਂ ਹੈਗਾ ਸੀਗਾ ਮੇਰਾ ਤਾਂ।
ਤਾਂ ਹੀ ਅਸੀਂ ਥੋੜੀ ਥੋੜੀ ਖਾਧੀ ਰੋਟੀ। ਠੀਕ ਹੈ ਬੇਬੇ, ਫਿਰ ਮੈਂ ਸੋ ਜਾ ਆਪਦੇ ਕਮਰੇ ਚ। ਹਾਂ ਠੀਕ ਹੈ ਮੇਰਾ ਫੋਨ ਹਰ ਵਕਤ ਖੁੱਲਾ ਹੁੰਦਾ, ਜਦੋਂ ਮਰਜ਼ੀ ਫੋਨ ਕਰ ਦਿਓ, ਕੋਈ ਪਰਵਾਹ ਨਾ ਕਰੋ। ਇੰਨੀ ਗੱਲ ਮੈਂ ਸਰਪੰਚ ਨਾਲ ਕਰਿਆ ਸੀ। ਠੀਕ ਹੈ, ਇਹ ਗੱਲ ਵੀ ਸਹੀ ਹੈ ਤੁਹਾਡੀ। ਹੈ ਹੁਣ ਸਾਰੀ ਗੱਲ ਦਾ ਆਪਾਂ ਨੂੰ ਪਤਾ ਲੱਗਿਆ, ਡਾਕਟਰ ਨੇ ਵੀ ਆਪਾਂ ਨੂੰ ਦੱਸਤਾ ਕਿੰਨਾ ਕੁ ਨਸ਼ਾ ਕਰਦੇ ਆ, ਤੇ ਜੇ ਡਾਕਟਰ ਕੋਲ ਨਾ ਜਾਂਦੇ ਤਾਂ ਇਸ ਗੱਲ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਚਲ ਅੱਜ ਪਤਾ ਲੱਗ ਜੂ ਆਪਾਂ ਨੂੰ, ਖਬਰ ਹੈ ਕੀ ਚੰਦ ਚੜ੍ਹਨ ਵਾਲਾ ਹੈ। ਹੈ ਨਹੀਂ ਨਹੀਂ ਵੀ ਮਾਂ ਪਿਓ ਨਾਲ ਹੀ ਇਹੋ ਜਿਹਾ ਕੁਛ ਹੋ ਜਾਂਦਾ ਫਿਰ ਕੀ ਬਣੂਗਾ। ਅੱਜ ਪਤਾ ਲੱਗ ਜੂ ਆਪਾਂ ਨੂੰ, ਬੜਾ ਪਤਾ ਤਾਂ ਲੱਗ ਗਿਆ ਹੁਣ, ਪਤਾ ਤਾਂ ਲੱਗ ਹੀ ਗਿਆ। ਗੱਲ ਸੁਣੋ ਜੀ, ਹਾਂ ਤੁਹਾਡੀ ਗੱਲ ਸੱਚੀ ਹੈ, ਕਦੇ ਜਾਗ ਆਈ ਸੀ, ਅੱਜ ਲੈ ਮੈਨੂੰ 12 ਵਜੇ ਅੱਖ ਖੁੱਲ ਗਈ। ਹਾਂ ਹਾਂ ਮੈਂ ਕਰ ਫਿਰ, ਹਾਂ ਦੇਖ ਕੇ ਆ, ਮੈਨੂੰ ਵੀ ਕਮਰੇ 'ਚ ਹੈਗੀ ਕਿ ਨਹੀਂ ਹੈਗੀ। ਹਾਂ ਜਾਨੀ ਆ, ਮਾਰ ਕੇ ਆ ਜਿਹੜਾ। ਠੀਕ ਹੈ, ਲੈ ਅੱਜ ਨਾ ਸਾਰੀ ਗੱਲ ਦਾ ਸਾਰੀ ਦੇ ਪਤਾ ਲੱਗ ਜੂ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਲੱਗ ਜੂ ਪਤਾ ਹੁਣ ਕੀ ਗੱਲ। ਗੱਲ ਸੁਣੋ, ਬੈਠਾ ਹੋ। ਹਾਂ ਕੀ ਹੋ ਗਿਆ? ਉਹ ਮੁੰਡਾ ਕੁੜੀ ਦੇ ਕਮਰੇ ਚ ਬੈਠਾ ਹੈ, 15 ਦਿਨ ਹੋ ਗਏ ਆਪਣੀ ਇੱਜ਼ਤ ਨੂੰ ਦਾਗ ਲਾਉਂਦੇ ਨੂੰ। ਮੁੰਡਾ ਕਮਰੇ ਚ ਬੈਠਾ? ਹਾਂ ਮੈਂ ਉਹਨੂੰ ਛੱਡਦਾ ਨਹੀਂ, ਉਹਦੀ ਗੋਲੀ ਮਾਰੂੰਗਾ ਮੈਂ। ਪਹਿਲਾਂ ਸਰਪੰਚ ਨੂੰ ਫੋਨ ਕਰ ਲਾਂਗੇ ਨਾ। ਫੋਨ ਲਾਓ। ਫੋਨ ਨਹੀਂ ਚੱਕਦਾ ਸਰਪੰਚ। ਅੱਧੀ ਰਾਤ ਨੂੰ ਕੌਣ ਚੱਕੂ ਫੋਨ? ਬੋਲ ਨਾ ਕਰਿਆ, ਚੱਕੂ ਕਿਵੇਂ ਨਾ, ਮੇਰੇ ਨਾਲ ਗੱਲ ਹੋਈ ਸੀ। ਹੈਲੋ, ਹਾਂ ਸਰਪੰਚ ਸਾਹਿਬ, ਗੱਲ ਤਾਂ ਉਹੀ ਹੋ ਗਈ ਜਿਹੜੀ ਅਸੀਂ ਕਹਿੰਦੇ ਸੀਗੇ, ਆਪਾਂ ਗੋਲੀ ਕੱਢਣੀ ਉਹਦੇ ਵਿੱਚ ਦੀ, ਹੁਣ ਕਰੋ ਪਾ ਕੋਈ, ਤੁਸੀਂ ਆਉਂਦੇ ਹੋ? ਤੁਸੀਂ ਠੀਕ ਹੈ, ਠੀਕ ਹੈ, ਆ ਜਾਓ ਫਿਰ ਜੀ। ਹੁਣ ਆਪਾਂ ਕੀ ਕਰੀਏ, ਪਰ ਆਪਣੀ ਕੁੜੀ ਨੂੰ ਨਾ ਕੁਛ ਹੋਵੇ। ਇਹ ਨਾ ਜਿੰਨਾ ਕਸੂਰ ਮੁੰਡੇ ਦਾ ਉਨਾ ਆਪਣੀ ਕੁੜੀ ਦਾ, ਹੁਣ ਮੈਂ ਉਹਨੂੰ ਛੱਡਦਾ ਨਹੀਂ, ਮਾਰੂੰਗਾ, ਗੋਲੀ ਮਾਰੂੰਗਾ ਉਹਦੇ। ਤੂੰ ਕਸੂਰ ਦੇ ਕਿੱਡਾ ਆਪਣੀ ਇੱਜ਼ਤ ਬੰਨੀ ਨੀ ਦੇਖਿਆ? ਚੁੱਪ ਕਰਕੇ ਬਹਿ ਜਾ, ਮੈਂ ਤੈਨੂੰ ਦੱਸਾਂ। ਉਹਨੇ ਆਪਣੀ ਇੱਜ਼ਤ ਮਿੱਟੀ ਚ ਮਿਲਿਆ ਸੀ, ਹਲੇ ਤੂੰ ਰੋਣੀ ਹੈ? ਲੋਕ ਕੀ ਕਹਿਣਗੇ, ਜਮੀ ਮਾਰੇ ਗਏ। ਲੋਕ ਕੀ ਕਹਿਣਗੇ, ਲੋਕ ਤਾਂ ਜਿਉਂਦੀ ਫਿਰਦੀ ਹੋਈ ਫੇਰ ਕਹਿਣਗੇ, ਜਦੋਂ ਆਪਾਂ ਕੰਮ ਮੁਕਾਤਾ ਫੇਰ ਆਪਾਂ ਨੂੰ ਸਵਾ ਦੇ ਮਿਲੂ ਇਸ ਗੱਲ ਦੀ। ਜੇ ਮੁੰਡਾ ਜਿਉਂਦਾ ਰਹਿ ਗਿਆ ਫੇਰ ਵੀ ਆਪਣੀ ਪੱਟੀ ਬੇਸ ਹੋ ਜੂ, ਛੱਡਣਾ ਆਪਾਂ ਮੁੰਡਾ ਬਣੀ। ਗੱਲ ਸੁਣੋ, ਚੰਨੀ ਨੂੰ ਫੋਨ ਕਰੀਏ? ਨਹੀਂ ਨਹੀਂ, ਉਹ ਵਿਆਹ ਦਾ ਕੰਮ ਹੈ, ਉਹਨੂੰ ਬੁਲਾਉਣ ਦੀ ਲੋੜ ਨਹੀਂ, ਸਰਪੰਚ ਵਾਧੂ ਹੈ, ਆਪੇ ਫੈਸਲਾ ਹੋ ਜੂ ਇਸ ਗੱਲ ਦਾ। ਜਿਹੜੀਆਂ ਗੱਲਾਂ ਤੋਂ ਡਰਦੀ ਚ ਉਹੀ ਹੋ ਗਈਆਂ। ਤੈਨੂੰ ਮੈਂ ਕਿਹਾ ਰੋਣ ਦੀ ਲੋੜ ਨੀ, ਇਹ ਕੰਮ ਤਾਂ ਇਹ ਦਿਨ ਤਾਂ ਆਉਣਾ ਹੀ ਸੀ ਜਦੋਂ ਆਪਾਂ ਨੂੰ ਸਮਝਾਇਆ ਸੀ, ਸਮਝੀ ਨੀ? ਹੈ ਆਪਣੀ ਇੱਜ਼ਤ ਬਣੀ, ਭੋਰਾ ਨੀ ਸੋਚਿਆ? ਇਹ ਵੀ ਜੇ ਬੁਲਾਉਂਦੀ ਹੈ ਤਾਂ ਆਉਂਦਾ ਘਰੇ, ਬਗਾਨਾ ਬੰਦਾ ਕਿਵੇਂ ਆ ਸਕਦਾ ਘਰੇ? ਦੁੱਖ ਤਾਂ ਇਸ ਗੱਲ ਦਾ, ਉਹਨੇ ਮਾਂ ਪਿਓ ਨੀ ਸੋਚਿਆ, ਨੀ ਮਾਂ ਪਿਓ ਦੀਆਂ ਆਥਾਂ ਦੇ ਪਾਣੀ ਫੇਰਿਆ, ਆਪਣੀ ਇੱਜ਼ਤ ਬਣੀ ਭੋਰਾ ਨੀ ਸੋਚਿਆ ਉਹਨੇ। ਜਿਹੜੀ ਕੁੜੀ ਨੇ ਆਪਦੇ ਮਾਂ ਪਿਓ ਨਾਲ ਧੋਖਾ ਕਰਤਾ, ਉਹ ਹੋਰ ਕੀ ਕਰ ਸਕਦੀ ਹੈ? ਐਡਾ ਵੱਡਾ ਉਹਨੇ ਨਰਥ ਕਰਤਾ, ਆਪਣੀ ਇੱਜ਼ਤ ਬਣੀ ਭੋਰਾ ਨੀ ਸੋਚਿਆ ਉਹਨੇ? ਜਦੋਂ ਆਪਣੇ ਮੈਨੂੰ ਸੋਚਿਆ ਨੀ, ਅੱਜ ਤੋਂ ਬਾਅਦ ਉਹ ਧੀ ਨੀ ਵੇ ਆਪਣੀ, ਤੇ ਆਪਾਂ ਉਹਦੇ ਮਾਂ ਪਿਓ ਨੇ। ਸਰਪੰਚ ਚਾਹੇ ਉਹਨੂੰ ਮਾਰਦੇ, ਤੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਨੀ ਨਿਕਲਣੇ ਚਾਹੀਦੇ। ਜਿਵੇਂ ਤੁਹਾਨੂੰ ਸਹੀ ਲੱਗਿਆ ਉਵੇਂ ਕਰਿਓ, ਪਰ ਮੈਨੂੰ ਤਾਂ ਦੁੱਖ ਆਉਂਦਾ, ਮੈਂ ਤਾਂ ਜੰਮੀ ਸੀ। ਤਰਸ ਤਾਂ ਚੰਗੇ ਧੀ ਪੁੱਤਾਂ ਤੇ ਆਉਂਦਾ, ਇਹੋ ਜਿਹੇ ਰਾਕਸ਼ਾਂ ਤੇ ਕੀ ਤਰਸ ਆਉਂਦਾ ਜਿਹੜੇ ਮਾਂ ਪਿਓ ਦੀ ਇੱਜ਼ਤ ਬੰਨੀ ਨੀ ਤੋੜਦੇ? ਇਹ ਮਰੇ ਚੰਗੇ,
ਇੱਕ ਦੋ ਬੰਦਿਆਂ ਨੂੰ ਹੋਰ ਵੀ ਸਭ ਕਮਿਊਨੀਕੇਟ ਕਰਦਾ। ਚਲੋ ਠੀਕ ਹੈ ਜੀ। ਉਹ ਮੁੰਡਾ ਕਿਤੇ ਵਗ ਵੀ ਨਾ ਗਿਆ ਹੋਵੇ। ਇਹ ਨਹੀਂ ਜਾਂਦੇ ਹੁੰਦੇ ਜਿਹੜੇ ਇਹ ਆਸ਼ਕ ਗਿੱਜੇ ਹੁੰਦੇ ਨੇ ਨਾ, ਉਹਨਾਂ ਨੂੰ ਤਾਂ ਐਂ ਵੀ ਗੋਲੀਆਂ ਪਾਤੀਆਂ ਸੁੱਤੇ ਪਏ ਨੇ, ਉਹ ਨਹੀਂ ਜਾਂਦਾ ਹੈਗਾ, ਉਹ ਤਾਂ ਉੱਥੇ ਹੀ ਹੈ। ਜਿਹੜਾ ਮਾਂ ਪਿਓ ਹੁੰਦਾ ਨਾ ਧੀ ਪੁੱਤ ਮਗਰ ਲੱਗ ਜਾਂਦਾ, ਉਹਨੇ ਕਿੱਡਾ ਵੱਡਾ ਪਰਦਾ ਪਾਇਆ ਵੀ ਸਾਡੀ ਮੇਰੀ ਤਾਂ ਗੱਲਬਾਤ ਨੀ, ਅੱਗੇ ਲੈ ਮੇਰੀ ਸਹੇਲੀ ਦੀ ਉਹਦੇ ਉਹ ਨਾਲ ਸਹੇਲੀ ਲੜਦੀ, ਨਮੇੜ ਦੇ ਕੰਮ ਛੱਡੀ ਨਾ ਉਹਨਾਂ ਨੂੰ, ਹੁਣ ਹੀ ਲੈ ਲਾ ਤੁਰ ਮੇਰੇ ਨਾਲ ਚੱਲ। ਜਦੋਂ ਉਹਨੇ ਆਪਣੀ ਇੱਜ਼ਤ ਬੰਨੀ ਨੀ ਦੇਖਿਆ, ਇਹ ਤਾਂ ਹੁਣ ਆਪਾਂ ਨੂੰ ਦੇਖਣਾ ਹੀ ਪਊ। ਆ ਜਾ ਨਾਲ ਮੇਰੇ ਆ ਰਿਹਾ, ਇਹ ਤਮਾਸ਼ਾ ਨੀ, ਇਹ ਤਾਂ ਆਪਾਂ ਨੂੰ ਦੇਖਣਾ ਪਊ। ਜਦੋਂ ਆਪਣੀ ਇੱਜ਼ਤ ਰੋੜਤੀ ਉਹਨੇ ਮਿੱਟੀ ਦੇ ਵਿੱਚ, ਆਇਆ ਸਰਪੰਚ ਸਾਹਿਬ ਵੀ ਗਏ ਤੇ ਆ ਜਾ। ਪੰਦਰਾਂ ਵੀਹ ਦਿਨ ਹੋਏ ਆਪਾਂ ਨੂੰ ਮਿਲਦਿਆਂ ਨੂੰ, ਕਿਸੇ ਨੂੰ ਡੱਕਾ ਪਤਾ ਨੀ ਲੱਗਿਆ, ਐਵੇਂ ਡਰੀ ਜਾਂਦੀ। ਉਹ ਪਤਾ ਕਿਉਂ ਨੀ ਲੱਗਿਆ? ਪਤਾ ਤਾਂ ਸਾਰਾ ਹੀ ਲੱਗ ਗਿਆ ਸੀਗਾ। ਉਹ ਛੋਟੇ ਕਰਤੂਤਾਂ ਦਾ ਵੀ ਚੁੱਪ ਸੀ, ਮੈਂ ਕਿਹਾ ਮਾਂ ਪਿਓ ਦੀ ਮਾੜੀ ਮੋਟੀ ਇੱਜ਼ਤ ਹੁੰਦੀ ਹੈ, ਕਾਹਨੂੰ ਰੋਲਣੀ ਆ। ਪਰ ਤੁਸੀਂ ਉਹ ਗੱਲਾਂ ਚੋਂ ਨਹੀਂ ਸੰਭਲੇ। ਮੈਂ ਤੈਨੂੰ ਕੀ ਸਮਝਾਇਆ ਸੀਗਾ? ਮੈਂ ਜਿੰਨਾ ਤੂੰ ਦੂਰ ਰਹੇਗਾ ਉਨਾ ਵਧੀਆ ਰਹੂੰਗਾ। ਕਰਕੇ ਸਾਰੀਆਂ ਕੁੜੀਆਂ ਇੱਕੋ ਹੀ ਹੁੰਦੀਆਂ, ਤੇ ਜਾ ਕੇ ਕੁੜੀ ਨੂੰ ਇੱਕ ਨੂੰ ਦੇਖ ਕੇ ਨਾ 20 ਹੋਰ ਵਿਕਦੇ ਆ, ਤਾਂ ਹੀ ਲੋਕ ਕਹਿੰਦੇ ਸਾਡੇ ਕੁੜੀ ਨਾਲ ਹੋਵੇ ਮੁੰਡਾ ਹੋਵੇ, ਤਾਂ ਕਹਿੰਦੇ ਆ। ਬਹੁਤ ਸਮਝਾਏ ਤੈਨੂੰ, ਕੀ ਕਰਿਆ ਕਦੂਤ ਕਰੀਏ ਕੋਈ ਇਹੋ ਜਿਹੇ ਬੰਦੇ ਨੂੰ ਜੱਗ ਦੇ ਜੀਣ ਦਾ ਕੋਈ ਫਾਇਦਾ ਨੀ। ਬਸ ਮੈਂ ਇਹਨਾਂ ਨੂੰ ਪਹਿਲਾਂ ਦੱਸਿਆ ਸੀਗਾ, ਮੇਰਾ ਤਾਂ ਇਨਸਾਫ਼ ਇਹੀ ਆ। ਬੇਬੀ ਮੈਨੂੰ ਮਾਫ਼ ਕਰ ਦੇ, ਛੋਟੇ ਹਵਾ ਬਣੀ ਝਾਲਕ ਮੈਂ ਬੈਠਾ ਵਾ। ਲੋਹੜੀ ਨੀ ਬਚਾਉਣ ਵਾਲਾ ਕੰਮ ਹੀ ਨੀ ਕਰਦੇ ਇਹਨਾਂ ਨੇ। ਬਹੁਤ ਸਮਝਾਇਆ, ਉਹ ਵੀ ਸਮਝਾਇਆ, ਇਹਨੂੰ ਵੀ ਸਮਝਾਇਆ। ਬਹੁਤ ਗਲਤ ਕੰਮ ਕਰਿਆ ਇਹਨਾਂ ਨੇ, ਕਿੱਡਾ ਇਹਨੂੰ ਦੇਖ ਦੇਖ ਕੇ ਨਾਲ। ਉਹ ਕੁੜੀ ਕਿਹੜੀ ਸੀ ਦੂਜੀ, ਕਿਹੜੀ ਦੀ ਸਹੇਲੀ ਸੀ, ਉਹ ਵੀ ਦੱਸ, ਉਹਦਾ ਵੀ ਉਹਦਾ ਕਰੂ ਕੰਮ ਘਾਤਾ ਸਾਰਾ ਉਸੇ ਨੇ ਆਹੋ ਕਰਿਆ ਗਾ। ਚੱਲ ਕੋਈ ਗੱਲ ਨੀ, ਉਹਦੇ ਕੋਲ ਵੀ ਹੋਣੀ ਜਾਂਦਾ। ਲਓ ਜੀ ਸਾਰਿਆਂ ਨੂੰ, ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਇੱਕ ਬਾਈ ਜਿਹੜੇ ਸਾਨੂੰ ਫੋਨ ਲਾਉਂਦੇ ਆ, ਅਸੀਂ ਉਹਨਾਂ ਦੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਆਪਣਾ ਆਹ ਡਾਕਟਰ ਸੁਖਰਾਜ ਸਿੰਘ ਜੀ ਸਾਨੂੰ ਫੋਨ ਲਾਉਂਦੇ ਆ, ਇੱਕ ਬਾਈ ਅਮਾਲੇ ਤੋਂ, ਅਤੇ ਬਾਈ ਬਲਵਿੰਦਰ ਸਿੰਘ ਜੀ ਅਮਰੀਕਾ ਤੋਂ ਲਾਉਂਦੇ ਆ, ਅਤੇ ਉਹ ਕਹਿੰਦੇ ਸੀਗੇ ਵੀ ਅਸੀਂ ਇੱਥੇ ਵੀ ਜਦੋਂ ਪੰਜਾਬ ਆਏ ਤੁਹਾਨੂੰ ਮਿਲ ਕੇ ਜਾਵਾਂਗੇ। ਅਤੇ ਕਈ ਬੰਦੇ ਕੱਲ੍ਹ ਵੀ ਬਾਈ ਆਏ, ਕਹਿੰਦੇ 2 ਵਜੇ ਤੋਂ ਲੈ ਕੇ ਅਸੀਂ ਮੰਨ ਕੇ ਚੱਲ ਵੀ 5 ਵਜੇ ਤੱਕ ਤੁਹਾਡੀਆਂ ਫਿਲਮਾਂ ਦੇਖਦੇ ਹਾਂ, ਵੀ ਸਾਡੀ ਦੁਕਾਨ ਆ ਡਾਕਟਰ ਦੀ, ਉੱਥੇ ਆ ਕੇ ਪੰਛੀ ਬਿੰਦ। ਉਹਨਾਂ ਦੇ ਫੋਨ ਆਇਆ ਸੀ, ਉਹਨਾਂ ਦੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਉਹਨੇ ਪਿੰਡ ਭਗਤੇ ਕੋਲ ਦੱਸਿਆ ਸੀਗਾ, ਅਤੇ
ਥਰਾਜ ਪਿੰਡ ਦੱਸਿਆ ਮੈਨੂੰ ਲੱਗਦਾ, ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋਹਣਾ ਸਿੰਘ ਜੀ ਤੁੰਗਾਲੀ, ਲਾਭ ਸਿੰਘ ਜੀ ਦੰਦੀ ਵਾਲਾ, ਜਿਹੜੇ ਮੇਰੇ ਬੰਦੇ ਜ਼ਿਆਦਾ ਉਹਨਾਂ ਦਾ, ਸਰਪਣ ਦਾਸ ਜੀ ਮਹਿਤਾ, ਉਹਨਾਂ ਦੀ ਧੰਨਵਾਦ ਕਰਦੇ ਹਾਂ। ਬਾਕੀ ਸਰ ਅਸੀਂ ਹੁਣ ਇਹ ਦੱਸਦੇ ਹਾਂ, ਜਿਹੜੀ ਵੀਡੀਓ ਬਣਾਈ ਆ, ਅਸੀਂ ਵੀਡੀਓ ਬਣਾਉਣ ਦਾ ਸਾਡਾ ਇਹੀ ਮਸਲਾ ਹੁੰਦਾ ਵੀ ਕਿਸੇ ਨੂੰ ਥੋੜ੍ਹੀ ਬਹੁਤੀ ਸਿੱਖਿਆ ਮਿਲ ਸਕੇ। ਜਿਵੇਂ ਹੁਣ ਇਹਦੇ 'ਚ ਕਰੈਕਟਰ ਨੇ ਕਰੈਕਟਰ ਕਰਿਆ ਸੀਗਾ ਆਪਣੇ ਰੀਤ ਨੇ, ਵੀ ਕਰੈਕਟਰ ਇਹ ਹੁੰਦਾ ਵੀ ਆਪਾਂ ਸਾਰੇ ਤਾਂ ਨਹੀਂ ਇੱਕੋ ਜਿਹੇ ਹੁੰਦੇ, ਧੀਆਂ ਭੈਣਾਂ ਵਿੱਚ ਪੜ੍ਹਦੇ ਕਰਦੇ ਗਲਤੀ ਹੋ ਜਾਂਦੀ ਆ, ਇਹ ਆਪਾਂ ਨੂੰ ਕਰਨੀ ਨਹੀਂ ਚਾਹੀਦੀ। ਆਪਾਂ ਨੂੰ ਆਪਦੇ ਮਾਂ ਪਿਓ ਨੂੰ ਨਹੀਂ ਦੇਖਣਾ ਚਾਹੀਦਾ ਹੁੰਦਾ, ਜੇ ਆਪਾਂ ਇਹ ਕਰਕੇ ਵਗ ਜਾਂਦੇ ਹਾਂ ਬਾਅਦ 'ਚ ਬੰਦੇ ਇਹ ਸੋਚਦੇ ਨੇ ਵੀ ਸਾਡੇ ਮਾਂ ਪਿਓ ਨੇ ਕੀ ਬੀਤੂ ਬਾਅਦ 'ਚ। ਮਾਂ ਪਿਓ ਬੰਨੇ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਗਾ, ਅਤੇ ਇਹ ਗੱਲਾਂ ਤੁਸੀਂ ਧਿਆਨ ਰੱਖਿਆ ਕਰੋ। ਬਾਕੀ ਆ ਰੀਤ ਤੁਹਾਨੂੰ ਆਪੀ ਦੱਸਾਂਗੇ, ਜਿਵੇਂ ਕੋਈ ਕੁੜੀਆਂ ਨਾ ਮੇਰੇ ਵਰਗੀਆਂ ਹੁੰਦੀਆਂ ਵੀ ਪਿਆਰ 'ਚ ਜਮੀ ਇੰਨੀ ਹੋ ਜਾਂਦੀਆਂ ਨੇ, ਇੰਨਾ ਵੀ ਇੰਨਾ ਨਹੀਂ ਹੋਣਾ ਚਾਹੀਦਾ, ਕਮ ਸੇ ਕਮ ਆਪਣੇ ਪਿੰਡ ਦਾ ਤਾਂ ਜ਼ਰੂਰ ਦੇਖਣਾ ਚਾਹੀਦਾ। ਅਤੇ ਕੁਛ ਕੁ ਮਾਂ ਬਾਪ ਇਹੋ ਜਿਹੇ ਵੀ ਨੇ ਜਿਹੜੇ ਆਪਣੀਆਂ ਕੁੜੀਆਂ ਨੂੰ ਤਲਕੋ ਕੇ ਰੱਖ ਲੈਂਦੇ ਨੇ ਅਤੇ ਮੁੰਡਿਆਂ ਨੂੰ ਮਾਰ ਵੀ ਦਿੰਦੇ ਨੇ, ਬਹੁਤ ਕੁਛ ਕਰ ਦਿੰਦੇ ਨੇ। ਭਾਈ ਦੋਨੇ ਇੱਕੋ ਜਿਹੇ ਹੁੰਦੇ ਨੇ, ਹੈ ਨਾ, ਦੋਨੇ ਹੱਕਦਾਰ ਹੁੰਦੇ ਨੇ, ਗਲਤੀ ਤਾਂ ਦੋਹਾਂ ਦੀ ਆ, ਇਕੱਲੇ ਮੁੰਡੇ ਦਾ ਕਸੂਰ ਨਹੀਂ ਹੁੰਦਾ। ਜੇ ਸਜ਼ਾ ਦੇਣੀ ਹੈ ਤਾਂ ਦੋਹਾਂ ਨੂੰ ਦਿਓ। ਵੈਸੇ ਬੇਨਤੀ ਇਹੀ ਆ ਵੀ ਕੁੜੀਆਂ ਇਹੋ ਜਿਹਾ ਕੋਈ ਵੀ ਗਲਤ ਕੰਮ ਨਾ ਕਰਨ ਜਿਹਦੇ ਕਰਕੇ ਸਾਡੇ ਮਾਂ ਬਾਪ ਨੂੰ ਸਿਰ ਝੁਕਾਉਣਾ ਪੈ ਜੇ। ਤੇ ਸਜ਼ਾ ਦੇਣ ਦੀ ਲੋੜ ਹੀ ਨਹੀਂ ਪੈਂਦੀ, ਜਿਹੜੇ ਆਪਾਂ ਨੂੰ ਗੱਲ ਮੰਨੀ ਆ, ਆਪਾਂ ਪੜ੍ਹਨ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਪੜ੍ਹ ਜਾਓ, ਪੜ੍ਹਾਈ ਤੱਕ ਖਿਆਲ ਰੱਖੋ, ਪੜ੍ਹਾਈ ਤੋਂ ਬਾਅਦ ਆਪਾਂ ਜੋ ਮਰਜ਼ੀ ਕਰੋ, ਜੇ ਕੋਈ ਗੱਲਬਾਤ ਹੁੰਦੀ ਵੀ ਆਪਦੇ ਮਾਂ ਪਿਓ ਨੂੰ ਦੱਸੋ, ਜੇ ਆਪਣੇ ਉੱਧਰ ਕੋਈ ਸੈਟਿੰਗ ਬਹਿੰਦੀ ਆ ਠੀਕ ਹੈ, ਜੇ ਕੋਈ ਨਹੀਂ ਬਹਿੰਦੀ ਆਪਾਂ ਨੂੰ ਆਪਦੇ ਤਾਲਮੇਲ ਨਾਲ ਹੀ ਵਿਆਹ ਕਰਾਉਣਾ ਚਾਹੀਦਾ, ਜਿਹੋ ਜਿਹਾ ਆਪਣਾ ਪਰਿਵਾਰ ਹੁੰਦਾ, ਮੂਲੇ ਬੰਦੇ ਨੂੰ ਉਹੋ ਜਿਹੇ ਪਰਿਵਾਰ ਨਾਲ ਰਹਿਣਾ ਚਾਹੀਦਾ। ਜੇ ਕੋਈ ਗਰੀਬ ਘਰ ਦੀ ਕੁੜੀ ਤਕੜੇ ਘਰੇ ਵਗ ਜਾਂਦੀ, ਉਹ ਵੀ ਕਹਿੰਦੇ ਕੁਛ ਲੈ ਕੇ ਨਹੀਂ ਆਈ, ਫਿਰ ਫਰਕ ਪੈ ਗਿਆ, ਸਾਰੀ ਉਮਰ ਕਲੇਚ ਲੰਘ ਜਾਂਦਾ ਗਾ। ਨਾਲੇ ਕੋਈ ਵੀ ਮਾਂ ਬਾਪ ਇਹੋ ਜਿਹਾ ਨਹੀਂ ਹੁੰਦਾ ਵੀ ਜਿਹੜਾ ਆਪਣੇ ਧੀ ਪੁੱਤ ਦਾ ਮਾੜਾ ਸੋਚੂਗਾ, ਤੇ ਜਿਹੜੀ ਤਕੜੇ ਘਰ ਦੀ ਕੁੜੀ ਗਰੀਬ ਘਰੇ ਵਗ ਜਾ, ਉੱਥੇ ਵੀ ਪੰਗਾ ਪੈ ਜਾਂਦਾ, ਫਿਰ ਅਗਲਾ ਕਹਿੰਦਾ ਮੈਨੂੰ ਇੱਥੇ ਪੂਰਾ ਕੁਛ ਨਹੀਂ ਮਿਲਦਾ, ਵੀ ਦੋਨੇ ਪਾਸੇ ਫਿਰ ਬਾਅਦ 'ਚ ਦਿੱਕਤ ਆਉਂਦੀ, ਪਹਿਲਾਂ ਆਪਾਂ ਇਹ ਕੰਮ ਕਰਤਾ ਬਹਿੰਦੇ ਹਾਂ। ਸਾਡਾ ਸਮਝਾਉਣ ਦਾ ਫਰਜ਼ ਤਾਂ ਇਹੀ ਆ, ਅੱਗੇ ਭਾਈ ਤੁਹਾਨੂੰ ਐਂ ਲੱਗਿਆ ਹੋਊਗਾ ਕੀ ਕਹੀ ਜਾਂਦੇ, ਵੀ ਮੈਂ ਤਾਂ ਜੇ ਸੱਚੀ ਸੀ ਗੱਲ ਕਹਿ ਦੇਣਾ ਭਾਵੇਂ ਸੱਚੀ ਲੱਗੀ ਬੁਰੀ ਲੱਗੀ, ਮੈਂ ਤਾਂ ਆਪਦੇ ਹਿਸਾਬ ਨਾਲ ਕਹਿਤੀ ਵੀ ਕੰਮ ਗਲਤ ਹੋਈ ਜਾਂਦੇ ਆ। ਇੱਕ ਆ ਬਾਈ ਦੇਖੋ ਤੁਸੀਂ ਦੇਖਿਆ ਅਮਰੀਕਾ ਕੈਨੇਡਾ ਬਹੁਤ ਜਾਈ ਜਾਂਦੇ ਆ, ਪਹਿਲਾਂ ਉੱਧਰ ਬਹੁਤ ਕੁਛ ਸੀਗਾ, ਸਾਰੇ ਜਾਂਦੇ ਸੀਗੇ, ਪਰ ਹੁਣ ਗਏ ਤਾਂ ਮੇਰੇ ਵੀ ਰਿਸ਼ਤੇਦਾਰ, ਮੇਰਾ ਭਤੀਜਾ ਵੀ ਗਿਆ ਵਾ, ਵੀ ਬਾਕੀ ਸਾਰੇ ਜਿਹੜੇ ਹੁਣ ਅੱਜ ਬਾਹਰ ਕੁੜੀਆਂ ਜਾ ਰਹੀਆਂ ਉੱਧਰ ਬਹੁਤ ਸ਼ਿਕਾਇਤਾਂ ਆ ਜਾਂਦੀਆਂ, ਮਾੜਾ ਸੋਚ ਸਮਝ ਕੇ ਜਿਹੜੇ ਆਪਦੇ ਪੱਕੇ ਬੰਦੇ ਵੀ ਜਾਣ ਸਰ ਕੰਮ ਮਿਲ ਜੂਗਾ, ਜਿਹੜੀਆਂ ਕੁੜੀਆਂ ਨੂੰ ਕੰਮ ਨਹੀਂ ਮਿਲਦਾ ਉਹਨੂੰ ਉੱਧਰ ਬਹੁਤ ਔਖਾ ਗਾ, ਇਹ ਚੀਜ਼ਾਂ ਦੀ ਥੋੜ੍ਹਾ ਧਿਆਨ ਰੱਖਿਆ ਕਰੋ ਵੀ ਚੱਲ ਆਪਣੀ ਵੀ ਮਜਬੂਰੀ, ਇੱਧਰ ਆਪਾਂ ਨੂੰ ਨੌਕਰੀ ਮਿਲਦੀ, ਜਾਣਾ ਆਪਾਂ ਨੂੰ ਪੈਂਦਾ, ਪਰ ਪੱਕੇ ਤੌਰ 'ਤੇ ਜਾਓ, ਜਿਹੜੇ ਬੰਦੇ ਨੇ ਜਾਣਾ ਵੀ ਆਪਦਾ ਪੱਕਾ ਬੰਦਾ ਹੋਵੇ ਆਪਾਂ ਨੂੰ ਕੰਮ ਮਿਲ ਜੂਗਾ, ਅਤੇ ਜਿਹੜੀ ਕੁੜੀ ਊਂ ਜਾਂਦੀ ਉਹਨੂੰ ਬਹੁਤ ਦਿੱਕਤ ਆਉਂਦੀਆਂ, ਕਿਉਂ ਸਾਰੀਆਂ ਆਪਣੇ ਭੈਣ ਭਾਈਆਂ ਹੁੰਦੀਆਂ, ਤਾਂ ਕਰਕੇ ਮੈਂ ਤੁਹਾਨੂੰ ਇਹ ਗੱਲ ਦਾ ਕਹਿਣਾ, ਗੱਲਾਂ ਦਾ ਸਾਰਿਆਂ ਧਿਆਨ ਰੱਖਿਆ ਕਰੋ। ਆ ਅਮਨ ਬੈਠੀ ਇਹਦਾ ਵੀ ਕਰੈਕਟਰ ਨਹੀਂ ਸੀ, ਆ ਰੀਤ ਨੇ ਕਰੈਕਟਰ ਕਰਿਆ ਗਾ, ਹੁਣ ਵੀ ਸਾਰੇ ਕਰੈਕਟਰ ਸਾਨੂੰ ਸਾਰੇ ਉਹੋ ਜਿਹੇ ਕਰਨੇ ਪੈਂਦੇ ਆ, ਮੇਰੇ ਮਾਂ ਬਾਪ ਨਾਲ ਆਪਦੇ ਧੀ ਪੁੱਤ ਵਾਸਤੇ ਪੂਰਾ ਸੋਚ ਲੈ, ਜੋ ਧੀ ਪੁੱਤਾਂ ਨੂੰ ਵੀ ਚਾਹੀਦਾ ਵੀ ਆਪਦੇ ਮਾਂ ਬਾਪ ਨੂੰ ਜਿਹੜੀ ਵੀ ਕੋਈ ਗੱਲ ਬਾਹਰ ਅੰਦਰ ਹੈ ਉਹ ਸੱਚੀ ਦੱਸਣ, ਤਾਂ ਕਿ ਉਸਦਾ ਹੱਲ ਹੋ ਸਕੇ। ਜਦੋਂ ਆਪਾਂ ਘਰੇ ਦੱਸਦੇ ਨੇ ਉਹਦਾ ਬਾਅਦ 'ਚ ਕੋਈ ਹੱਲ ਨਹੀਂ ਹੁੰਦਾ ਜੀ, ਬਾਅਦ 'ਚ ਤਾਂ ਫਿਰ ਤੁਹਾਨੂੰ ਪਤਾ ਹੀ ਆ, ਜਿਹੜਾ ਮੈਂ ਕੁਛ ਆਹ ਕਰਿਆ ਫਿਰ ਇਹੀ ਹੁੰਦਾ ਹੁੰਦਾ। ਹਾਂਜੀ, ਜਿਹੜੇ ਅਣਖੀ ਨੇ ਉਹ ਤਾਂ ਇਹੋ ਜਿਹਾ ਕੁਛ ਕਰਦੇ ਨੇ, ਚਾਹੇ ਫਿਰ ਉਹਨਾਂ ਨੂੰ ਜੇਲ੍ਹ ਕੱਟਣੀ ਪਵੇ ਜੋ ਮਰਜ਼ੀ ਹੋ ਜੇ। ਇਹ ਤਾਂ ਤੁਹਾਨੂੰ ਪਤਾ ਹੀ ਜੀ, ਆਪਾਂ ਜਾਵਾਂਗੇ ਅੱਜ ਮੇਰੇ 'ਤੇ ਲਾ ਲਓ, ਮੇਰੀ ਕੁੜੀ ਕਿਸੇ ਨਾਲ ਵਾ ਗਈ, ਕੱਲ੍ਹ ਨੂੰ ਮੈਨੂੰ ਉੱਥੇ ਬਾਹਰ ਕਹੂਗੀ ਅਗਲਾ ਯਾਰ ਆ ਜਾਂਦਾ ਗਾ, ਤੁਰ ਇਹਦੀ ਕੁੜੀਆਂ ਵਾ ਗਈ, ਬੰਦੇ ਦੇ ਦਿਲ 'ਤੇ ਸੱਟ ਤਾਂ ਲੱਗਦੀ ਹੈ, ਬੰਦਾ ਬਾਹਰ ਨਿਕਲ ਜੋਗ ਰਹਿੰਦੇ ਹੁੰਦਾ, ਨਾ ਭੈਣ ਨਾ ਭਰਾ ਨਾ ਮਾਂ ਪਿਓ ਕੋਈ ਵੀ ਰਹਿੰਦਾ ਗਾ, ਰਿਸ਼ਤੇਦਾਰਾਂ ਤੱਕ ਵੀ ਗੱਲ ਵਗ ਜਾਂਦੀ ਹੈ। ਅਗਰ ਰਿਸ਼ਤੇਦਾਰਾਂ ਨੂੰ ਫੜ ਲੈਂਦਾ ਯਾਰ, ਇਹਨਾਂ ਦੇ ਗਈ ਤਾਂ ਉਹ ਰਿਸ਼ਤੇਦਾਰ ਆ ਯਾਰ, ਜਿਹਦੀ ਕੁੜੀ ਗਈ ਹੈ ਬਾਹਲਿਆਂ ਦੇ ਗੱਲਾਂ ਹੁੰਦੀਆਂ, ਵਰਤਦਾ ਹੀ ਨਹੀਂ, ਵਰਤਦਾ ਨਹੀਂ, ਬਾਹਲਾ ਕੁਛ ਹੋ ਜਾਂਦਾ ਗਾ, ਜ਼ਿੰਦਗੀ 'ਚ ਇਹ ਲੈਂਦੇ ਨਹੀਂ, ਮਰਦੇ ਦਮ ਤੋਂ ਵੀ ਬਾਅਦ ਇਹ ਦਾਗ ਚੱਲੇ ਜਾਂਦੇ ਨੇ ਪੀੜ੍ਹੀਆਂ ਤੱਕ। ਹਾਂ, ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਬਾਕੀ ਆਪਾਂ ਨੂੰ ਤੁਹਾਨੂੰ ਪਤਾ ਹੀ, ਆਪਣਾ ਚੈਨਲ ਚਾਨਾ ਵਾਲਿਆਂ ਤਾਂ ਤੁਹਾਨੂੰ ਪਤਾ ਹੀ, ਇੱਕ ਚਾਨਾ ਸਰਪੰਚ ਆ, ਇੱਕ ਚਾਨਾ ਬੱਬੂ, ਤਿੰਨਾਂ 'ਤੇ ਪਰਿਵਾਰਕ ਵੀਡੀਓ ਆਉਂਦੀਆਂ। ਅਤੇ ਆਪਣਾ ਫੋਨ ਬਾਈ ਨੰਬਰ ਕਹਿੰਦੇ 8196643917, 8196643917 ਆਪਣਾ ਫੋਨ ਨੰਬਰ ਆ, ਜੇ ਕਿਸੇ ਭੈਣ ਭਾਈ ਨੇ ਗੱਲ ਕਰਨੀ ਹੈ ਤਾਂ ਕਰ ਲਿਆ ਕਰੋ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਈ ਵਾਰ ਗਲਤੀ ਬੋਲੀ ਜਾਂਦੀ ਤਾਂ ਗਲਤੀ ਹੋ ਜਾਂਦੀ ਆ, ਸਾਨੂੰ ਮਾਫ਼ ਕਰੋ ਜੀ। ਥੈਂਕ ਯੂ ਜੀ, ਤੁਹਾਡਾ ਧੰਨਵਾਦ।